हक सच समाज ते सियासत धर्म करम फर्ज ही इबादत यह त्वाडी आवाज दी ताकत पंजाबी रेडियो यूएसए पंजाबी रेडियो यूएसए। ए दर्द ने निजी दुख दा फिर भी ना दर्द पराया ए इदी सांझ है गुजियां पीड़ा संग ए दर्द कोई हमसाया है इस दर्द ने नींद अड़ाई है इस दर्द ने नुरू तड़फाई है ए दर्द है चढ़िया ताप जिवे हिकमत दी समझ न आया है ए दर्द है तख्तां ढाया दा तोपां दे नाल अड़ायां दा हरमंदर दे अपमाना दा मारू साकियां सबर ताया वा। पंजाबी रेडियो जीवासे सुन रहे सारे स्रोतियां नूं बलविंदर कौर वालों वाहेगुरू जी का खालसा वाहेगुरू जी की फतेह। जी स्रोतियो अज असीं मिलण जा रहे हैं एक ऐसी शख्सियत जो तोपां दे नाल टैंकां दे नाल साडे हरमंदर साहब नूं जद ढाया सी ते ओह शख्सियत उत्थे सी उस टाइम ते उन्हां दा जिहड़ा अखी डिठा हाल आ ओह आपां उन्हां नाल गलबात करांगे। मेरे नाल जुड़े ने कुलवीर कौर जी धामी। कुलवीर कौर जी वाहेगुरू जी का खालसा वाहेगुरू जी की फतेह। वाहेगुरु जी का खालसा वाहेगुरु जी की फतेह। आज जी कुलवीर कौर जी थोड़ा बहुत बहुत स्वागत है पंजाबी रेडियो यूएसए ते तुसी सानू टाइम देता असी बहुत धन्यवादी हाँ थोड़े ते अज असी जी गलबात करांगे अपने अखी डिठा ओ साका जो अज तक जी जिहड़ा सानू नहीं भुलदा ते तुहाडे तों मैं शुरू तों पुछांगी कि जदों हरमंदर साहब ते अटैक होया 1984 दे विच ते तुसी उस टाइम ते उत्थे सीगे ते उस तों पहलां दा थोड़ा जिहा दस्सो कि तुसी उत्थे किवें गए सीगे। असीं जी आम संगत दी तरां दर्शन करन गए सी जिहदा गर्मियां दा मौसम सी इक गुरु अर्जन साहिब जी दा अपने शहीदी गुरपुरब सीगा ਤੇ ਅਸੀਂ ਅੱਗੋਂ ਜਿੱਦਾਂ ਗੋਇੰਦਵਾਲ ਸਾਹਿਬ ਜਾਣਾ ਸੀ ਪਹਿਲਾਂ ਇਹ ਸੀ ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕ ਕੇ ਉੱਥੇ ਜਿਵੇਂ ਪਿੰਡ ਦਿਆਂ ਦੇ ਲੋਕਾਂ ਨੇ ਕਣਕ ਇਕੱਠੀ ਕੀਤੀ ਸੀਗੀ ਵਿੱਚ ਸਬਜ਼ੀਆਂ ਸੀਗੀਆਂ ਟਰਾਲੀ ਗਈ ਸਾਡੇ ਪਿੰਡ ਤੋਂ ਹੋਰ ਵੀ ਸੀਗੇ ਮੇਰੇ ਜਿਵੇਂ ਚਾਚਾ ਜੀ ਦਾ ਲੜਕਾ ਸੀ ਇੱਕ ਤਾਇਆ ਜੀ ਦੀ ਲੜਕੀ ਸੀਗੀ ਅਸੀਂ 6-7 ਜਣੇ ਸੀਗੇ ਤੇ ਅਸੀਂ ਦਰਬਾਰ ਸਾਹਿਬ 1 June ਨੂੰ ਜਾਣ ਦਾ ਰੱਖਿਆ ਹੋਇਆ ਸੀਗਾ ਪ੍ਰੋਗਰਾਮ ਤੇ ਲੇਕਿਨ ਜਿਵੇਂ ਸਾਡੇ ਕੁਛ ਏਰੀਏ ਦੇ ਵਿੱਚ ਅੱਗੇ ਵੀ ਕਣਕਾਂ ਦੀਆਂ ਵਾਢੀਆਂ ਦੇ ਵਿੱਚ ਫੌਜੀਆਂ ਦੀਆਂ ਮਸ਼ਕਾਂ ਵਗੈਰਾ ਹੁੰਦੀਆਂ ਤੇ ਫੌਜੀ ਕਾਫੀ ਆ ਜਾਂਦੇ ਆ ਪਰ ਜਦੋਂ ਅਸੀਂ ਜਿੱਦਾਂ ਪਿੰਡੋਂ ਗਏ ਆ ਥੋੜੇ ਜਿਹੇ ਹਾਲਾਤ ਸਾਨੂੰ ਚੇਂਜ ਜਿਹੇ ਲੱਗੇ ਵੀ ਫੌਜ ਜ਼ਿਆਦਾ ਲੱਗੀ ਵੀ ਪਹਿਲਾਂ ਤਾਂ ਆਪਣੇ ਇਲਾਕੇ ਦੇ ਵਿੱਚ ਹੀ ਸੀਗੀ ਫਿਰ ਲੇਕਿਨ ਜਿੱਦਾਂ ਜਿੱਦਾਂ ਗਏ ਆ ਤਾਂ ਤਕਰੀਬਨ ਸਾਰੇ ਫੌਜ ਦਾ ਹੀ ਦਿਖਾਵਾ ਜਿਹਾ ਦਿਸਿਆ। ਉਹ ਤੋਂ ਬਾਅਦ ਜਦੋਂ ਅਸੀਂ 1 June ਨੂੰ ਦਰਬਾਰ ਸਾਹਿਬ ਪਹੁੰਚੇ ਹਾਂ ਅਸੀਂ ਕੋਈ ਮਤਲਬ ਕਿ 12:30 ਦੇ ਕਰੀਬ ਮਤਲਬ ਉੱਥੇ ਪੈਰ ਧਰਿਆ ਤੇ ਉੱਧਰ ਪੌਣੇ ਕਿ 1 ਜਿਹਦਾ ਜੇ ਅਸੀਂ ਜਾ ਹੀ ਰਹੇ ਸੀਗੇ ਤੇ ਗੋਲੀ ਚੱਲਣ ਦੀ ਆਵਾਜ਼ ਆ ਗਈ ਦੁਪਹਿਰ ਨੂੰ। ਸਾਨੂੰ ਉਸ ਹਾਲਾਤ ਬਾਰੇ ਕੋਈ ਜਾਣਕਾਰੀ ਨਹੀਂ ਸੀ ਵੀ ਮਤਲਬ ਕਿ ਇਹ ਕਿਸ ਮਕਸਦ ਵਾਸਤੇ ਇੰਨੀ ਫੌਜ ਇਕੱਠੀ ਹੋਈ ਹੋਈ ਹੈਗੀ ਆ ਜੀ ਤੇ ਉਹ ਜਦੋਂ ਪਹਿਲਾਂ ਗੋਲੀ ਚੱਲੀ ਮਤਲਬ ਕਿ ਲੱਗਾ ਉਹ ਉਸ ਦਿਨ ਥੋੜਾ ਥੋੜਾ ਜਿੱਦਾਂ ਇਹਨਾਂ ਨੇ ਤਾਂ ਕੋਈ ਦਿਉਂਤਬੰਦੀ ਦੇ ਮੁਤਾਬਕ ਹੀ ਆਪਣੇ ਗੋਲੀ ਚਲਾਈ ਬਾਕੀ ਇਹਨਾਂ ਨੇ ਜਿਵੇਂ ਦੇਖਿਆ ਵੀ ਅੱਗੋਂ ਕਿਵੇਂ ਦੇ ਆਉਂਦੀਆਂ ਆ ਆਵਾਜ਼ਾਂ ਜਾਂ ਕਿੱਥੇ ਕਿੱਥੇ ਇਹਨਾਂ ਨੇ ਆਪਣੇ ਮੋਰਚੇ ਬਣਾਏ ਹੋਏ ਆ ਥੋੜੇ ਜਦੋਂ ਅਸੀਂ ਅੰਦਰ ਗਏ ਮਾਹੌਲ ਅਸੀਂ ਅੰਦਰ ਦਾ ਵੀ ਦੇਖਿਆ ਕੁਛ ਮਤਲਬ ਕਿ ਹਿਲਜੁਲ ਜਿਹੀ ਸੀ ਜਿਵੇਂ ਸੰਗਤ ਨੂੰ ਨੀ ਸੀ ਕੁਛ ਵੀ ਪਤਾ ਲੇਕਿਨ ਜਿਹੜੇ ਪਹਿਲਾਂ ਆਲਰੇਡੀ ਉੱਥੇ ਸਿੰਘ ਰਹਿ ਰਹੇ ਸੀਗੇ ਉਹਨਾਂ ਨੂੰ ਮਤਲਬ ਕਿ ਕੁਛ ਇਸ ਚੀਜ਼ ਬਾਰੇ ਜਾਣਕਾਰੀ ਸੀ ਵੀ ਇੱਥੇ ਅਟੈਕ ਹੋਣ ਵਾਲਾ ਆ ਤੇ ਜਦੋਂ ਅਸੀਂ ਗਏ ਉੱਥੇ ਗੱਲਾਂ ਕੁਛ ਇਸ ਟਾਈਪ ਦੀਆਂ ਸੀ ਕਿ ਮਤਲਬ ਸੰਗਤ ਦੇ ਵਿੱਚ ਮਤਲਬ ਹੋ ਰਹੀਆਂ ਸੀਗੀਆਂ ਵੀ ਇੱਥੇ ਕੁਛ ਪਹਿਲਾਂ ਵਰਗਾ ਮਾਹੌਲ ਨਹੀਂ ਹੈਗਾ। ਉਸ ਤੋਂ ਬਾਅਦ ਜਿੱਦਾਂ 1 June ਨੂੰ ਇਹਨਾਂ ਨੇ ਗੋਲੀ ਚਲਾਈ ਆ ਫਿਰ ਉਸ ਉਹਨਾਂ ਦਿਨਾਂ ਵਿੱਚ 3 June ਨੂੰ ਜਿੱਦਾਂ ਗੁਰੂ ਜੀ ਦਾ ਗੁਰਪੁਰਬ ਸੀਗਾ ਸ਼ਹੀਦੀ ਗੁਰਪੁਰਬ ਮੈਂ ਕਿ ਇਹਨਾਂ ਨੇ ਲੋਕਾਂ ਨੂੰ ਅਨਾਊਂਸਮੈਂਟ ਨਹੀਂ ਕੁਛ ਵੀ ਕੀਤੀ ਹੋਈ ਸੀ ਵੀ ਇੱਥੇ ਕੋਈ ਸ਼ ਹੋਣ ਵਾਲਾ ਆ ਜਿੱਦਾਂ ਸੰਗਤ ਪਹਿਲਾਂ ਦੀ ਤਰ੍ਹਾਂ ਆਈ ਜਾਈ ਜਾ ਰਹੀ ਸੀਗੀ ਤੇ ਸ਼ਹੀਦੀ ਗੁਰਪੁਰ ਕਰਕੇ ਕੁਛ ਲੋਕ ਰੋਕ ਰਹੇ ਸੀਗੇ ਉੱਥੇ 3 June ਨੂੰ ਜਿੱਦਾਂ ਮਤਲਬ ਪਹਿਲਾਂ ਉਸ ਦਿਨ ਤਾਂ ਗੋਲੀ ਚੱਲੀ ਉਸ ਤੋਂ ਬਾਅਦ ਥੋੜਾ ਜਿਹਾ ਇਹਨਾਂ ਨੇ ਨੋਰਮਲ ਮਾਹੌਲ ਕਰ ਦਿੱਤਾ ਕਰਫਿਊ ਹਟਾ ਦਿੱਤਾ ਜੀ ਤੇ ਫਿਰ ਮਤਲਬ ਕਿ ਜਿਵੇਂ 2 June ਨੂੰ ਹੋਇਆ ਉਸ ਟਾਈਮ ਮਤਲਬ ਕਿ ਇੱਕਾ ਦੁੱਕਾ ਜਿੱਦਾਂ ਮਤਲਬ ਕਿ ਸ਼ਹੀਦੀਆਂ ਪਈਆਂ ਤੇ ਇੱਕ ਤਾਂ ਜਿੱਦਾਂ ਬੱਬਰ ਖਾਲਸਾ ਦੇ ਸੀਗੇ ਹਨਾ ਜੀ ਜੀ ਤੇ ਉਹਨਾਂ ਦੀ ਸ਼ਹੀਦੀ ਬਾਬਾ ਟਲ ਸਾਹਿਬ ਗੁਰਦੁਆਰੇ ਤੇ ਹੋਈ ਤੇ ਉਹਨਾਂ ਦਾ ਉੱਥੇ ਹੀ ਸੰਸਕਾਰ ਕੀਤਾ ਮੰਜੀ ਸਾਹਿਬ ਮਤਲਬ ਕਿ ਜਿਹੜਾ ਮੰਜੀ ਸਾਹਿਬ ਹਾਲ ਹੈਗਾ ਉਹਦੇ ਸਾਹਮਣੇ
शहीदी गुरपुरब असी जिदा उस दिन भी असी शहीदी बाबा दीप सिंह भी मत्था टेका वापस आ गए दरबार साहब ही मुड़ के ते संगत बहुत ज्यादा जिदा मतलब के जिदा भर गया फिर इन्होंने मतलब के उस चीज नू जिदा तीन जिदे भी जिहड़े बंदे ब्लॉक होए सीगे जिदा संगत आ गई नहीं जांदी सी रात रुक जी सी चार नू मतलब के बहुत मतलब के सोची समझी साजिश अधीन मतलब के सवेरे बहुत वेल से जिवे चार बजे का जिवे कह लो कि टाइम के उत्ते जिदा इन्होंने मतलब के कोई कोई गोली मतलब के उस तो बाद लगातार मतलब एक्शन शुरू कर दिता इन्होंने तो ज्यादातर जरा नुकसान उस टाइम मतलब संगत का इस करके ही होया जे दूसरे सिंह से वह तो कुछ मेंटली प्रिपेयर भी सी संगत नूं तां कुछ भी नहीं सी पता जैसे कित्थे जाना कित्थे आना मतलब के वह तो जिथे जिथे मतलब के जिवें रुक गए जे उ दरबार साहब के ही मिली कमरे मिले ज बरांडे मिले उथे सरां च इन्होंने मतलब के हरेक चीज कट की पहला इन्होंने पानी की टैंकी ढाई फिर इन्होंने बिजली का जिदा कनैक्शन वगैरह सारे मतलब के वह चीजा फेल कर दतिया जोड़ा भी मतलब लोग एक दूजे को मतलब के कुछ तो बंबा की गर्मी ना कुछ इन्होंने मतलब गोलियां की दहशत के नाल हालात उथे दे बहुत ज्यादा मतलब के वह चीजा अज भी हर टाइम मतलब जिवे कन्ना दे वेचे मतलब के ओनू चीज नू आपां बयान नहीं कर सकते है जो उस दे हालात ने मतलब के झंझोड़िया जां मतलब के एक आम संगत विच असीं गए मतलब के एक संगत दे चीज दे विच इदां दे हालात बना दिते के मतलब ओ चीज कदे भी नहीं मतलब के कन्ना चो आवाजां नहीं हो जांदियां चीक चिहड़दियां क्योंकि एक तां हुंदा एक कले एक संत टारगेट नहीं सी इन्हों का इन्हों का मतलब के वध तो वध सिख कम्यूनिटी नूं नुकसान पहुंचाउण दा ही मतलब कायदा सी जिदा बाद च सानूं पता लगा जी इन्होंने होर भी सेम टाइम मतलब के उस टाइम दरबार साहब अंदर तो सानूं कुछ नहीं सी पता कि मतलब सारा लिंक टुट गया सारे ना बाद च पता लगा नहीं 34 मतलब गुरधामा दे उत्ते होर भी सेम तरह मतलब के इन्होंने मतलब के घेरा पा रखा सी उत्थे भी संगत नूं मतलब इन्होंने बहुत ज्यादा हरास किया जिदा कोई जिदा कुट मार कर सकते ज लोगों के नाल जिथे भी कोई जिदा दे हथियार की वरतों करने की लड़ सी उदा दे ही उन्होंने गुरधामा से भी इन्होंने की जिवें तुसीं दस्या आ कि तुसीं जिदा आम संगत की तरह गए सी तां उत्थे उस संगत दे विच बजुर्ग भी होणगे मातावां भी होणगियां ते छोटे बच्चे भी होणगे सारी संगत मीनिंग तुसीं समझदे ना कि दर्शनां नूं आपां जांदे फैमिलियां दे नाल जांदे फैमिलियां दे विचों नाल अपने बच्चे भी आपां लै के जांदे आ बजुर्ग वाले बजुर्ग भी मतलब कि इस तां उत्थे इन्ना कि चीज चिहाड़ा सी इन्हां ने मुड़ के जदों इन्हां दे नहीं दिसे ने अग्गां ला दित्तियां जिदा हुण गुरु रामदास तरां दे असी जिदा उधर दरबार गुरु नानक निवास दे विच सी ठहरे होए मतलब कि उत्थों जिन्ना भी आपां नूं मतलब मंजर दिखदा सीगा जिदा साडे कोल भी जिदा सिंह भी सीगे जिदा उत्थे पहला धामी साहब पहला रह रहे सीगे उत्थे गुरु नानक निवास दे विच उस कंपलैक्स दे विच पहला संत भी उत्थे रहिंदे सी बाद विच ही संत मतलब कालता साहब ते बदल के आए आ जदों उत्थे दे हालात ज्यादा खराब हो गए कुछ टाइम ही पहला इधर ओह मतलब के मूव कर गए सीगे लेकिन ओह चीजा दे जिवे एक तां गोलियां दे नाल जिहड़ा नुकसान होया जिवे असी जिवे जिहड़ा फिर दो नूं जिद्दां इन्हां नूं दो तां गोली चलाई तीन नूं जिहड़ा आम संगत लई इन्हां खोल दित्ता सी उस दिन भी मतलब के दरबार साहिब परिक्रमा कीती उत्थे भी बच्चियां दीआं फीडरां मतलब के उद्दां ही पईआं सी खून दे मतलब उत्ते ही लत्थ पत्थ जिद्दां उधरों पौड़ियां तों आउंदे आ ना उधर कमरे आ बरांडियां दे विच उत्थे बरांडे दे विच ही मतलब के तां 25 छही छाई उस दिन दा भी खून सीगा 2 जून दा भी अच्छा जी 2 जून नूं भी इहदी गोली चलाई जिहड़ी गोली चली होई सी जी ते तीन नूं तां इन्हां ने मतलब कि इह कर ही मतलब के इदां जाण के ढिल दे दित्ती ना भई जिदां संगत होर आ जावे जी 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 जे मतलब के रोक दे बाहरों पे मतलब के इत्थे कोई अटैक वाली पोजीशन है ना कि जिवें संगत नहीं भी बच भी सकदे सीगे आम पब्लिक तां बच सकदी सीगी जी जी बिल्कुल जी अनाउंसमेंट करदे उन्हां नूं किसे अंदर दाखल होण दित्ता जी ते जे अनाउंसमेंट ओ कर दिंदे उस टाइम ते ते ओ जिहड़ी संगत सीगी ओ बाहर जा सकदी सीगी पर इन्हां ने अनाउंसमेंट कोई नहीं कीती ते गोलियां दे नाल भुन्नण दी तुहाडा मतलब कहण दा कि गोलियां चलाउण दी गल कीती
हां जी, फिर एक जिदा अनाउंसमेंट कीती भी है ना, एक इन्हां ने कीती सीगी जिवें 5 दे करीब कीती भी सी शाम नूं, जिदा फिर 4 नूं सारा दिन तां एक्शन करदे रहे, 5 नूं कीती, ते जिवें ओह जिवें दरबार साहिब नूं जिवें सिंघां दे मन दे विच हुंदा वी जाके देखीए, जिवें जिहड़े हुण साडे कोल वी रहिंदे सीगे ना 4-5 सिंह, कहिंदे नहीं असीं जिद कर गए वी असीं तां कहा, मैं कहा इन्हां दी कोई चाल होएगी वी नहीं आपां जाणा, ओह कहिंदे नहीं असीं मतलब कि दरबार साहिब मत्था टेकण जाणा ਤੇ ਦੇਖਣਾ। ਉਹ ਅਜੇ ਜਿੱਦਾਂ ਗੁਰੂ ਨਾਨਕ ਨਿਵਾਸ ਦੇ ਵਿੱਚੋਂ ਥੱਲੇ ਹੀ ਉਤਰੇ, ਇਹਨਾਂ ਨੇ ਪੂਰਾ ਬ੍ਰਸ਼ਟ ਮਾਰਿਆ, ਉਹ ਸਾਡੇ ਸਾਹਮਣੇ ਹੀ ਅੱਖਾਂ ਦੇ ਸ਼ਹੀਦ ਹੋ ਗਏ ਸਿੰਘ। ਅੱਛਾ, ਸਾਰੇ ਸ਼ਹੀਦ ਹੋ ਗਏ। ਬਾਕੀ ਇਹਨਾਂ ਨੇ ਟੈਂਕ ਵਾੜ ਦਿੱਤੇ ਅੰਦਰ, ਟੈਂਕਾਂ ਦਾ ਸਾਡੇ ਕੋਲ ਹੱਲ ਕੋਈ ਨਹੀਂ ਸੀਗਾ ਹੈਗਾ, ਬਾਕੀ ਸੰਤਾਂ ਦੀਆਂ ਕੁਛ ਐਵੇਂ ਦੀਆਂ ਵੀ ਮਤਲਬ ਕਿ ਜਿਹੜੀਆਂ ਉੱਥੇ ਲੋਕ ਪਹਿਲਾਂ ਜਿਹੜੇ ਸਿੰਘ ਸੀਗੇ ਇਕੱਲੇ ਇਕੱਲੇ ਮੋਰਚਾ ਸੰਭਾਲੀ ਬੈਠੇ, ਉਹਨਾਂ ਨੂੰ ਹਦਾਇਤਾਂ ਸੀਗੀਆਂ ਵੀ ਜਿੰਨਾ ਚਿਰ ਕੋਈ ਦਿਸਦਾ ਨੀ ਗਾ, ਪਤਾ ਨੀ ਕਿੰਨੇ ਮਹੀਨੇ ਗੋਲੀ ਜੇ ਇਹ ਲੜਾਈ ਲੜਨੀ ਪੈਣੀ ਆ, ਕਿ ਤੁਸੀਂ ਕੋਈ ਵੀ ਤੁਹਾਡੀ ਗੋਲੀ ਖਾਲੀ ਨੀ ਜਾਣੀ ਚਾਹੀਦੀ ਹਨਾ, ਕਿ ਜਿੰਨਾ ਚਿਰ ਤੁਹਾਨੂੰ ਉਹਨਾਂ ਦਾ ਕੋਈ ਫੌਜਦਾ ਦਿਸਦਾ ਨੀ ਹੈਗਾ। ਉਹ ਵੀ ਚੀਜ਼ਾਂ ਇਹਨਾਂ ਨੇ ਮਤਲਬ ਪ੍ਰੀ ਪਲੈਂਡ ਸੀ, ਇਹਨਾਂ ਫੇਲ ਕਰ ਦਿੱਤੀਆਂ, ਇਹਨਾਂ ਨੇ ਸਭ ਸਿੱਧੇ ਟੈਂਕ ਬਾੜ ਦਿੱਤੇ, ਮਗਰ ਉਹ ਚੀਜ਼ਾਂ ਪੈਦਲ ਦਸਤਿਆਂ ਵਾਲੀਆਂ ਗੱਲਾਂ ਹੀ ਨੀ ਰਹੀਆਂ। ਜੇ ਕੋਈ ਕਮਾਂਡੋ ਆਏ, ਇਹਨਾਂ ਨੇ ਸਿੰਘਾਂ ਨੇ ਬਹੁਤ ਮਤਲਬ ਕਿ ਜਿਹੜਾ ਜ਼ਬਰਦਸਤ ਮੁਕਾਬਲਾ ਕੀਤਾ, ਪਰ ਉਸ ਦੇ ਮੁਤਾਬਕ ਸਮਾਨ ਹੀ ਕੁਛ ਨੀ ਸੀ, ਟੈਂਕਾਂ ਨੂੰ ਕੋਈ ਸੰਗਤ ਕੀ ਕਰ ਲੈਗੀ, ਕੁਛ ਨੀ ਕਰ ਸਕਦੀ। ਫਿਰ ਅੱਗਾਂ ਲਾਤੀਆਂ ਸਰਾਂ ਦੇ ਵਿੱਚ, ਤੇ ਉਹ ਤਾਂ ਧੂੰਏ ਨਾਲ ਹੀ ਦਮ ਘੁੱਟ ਕੇ ਮਰ ਗਏ, ਜਿੱਦਾਂ ਕੁਛ ਕੁਛ ਮਤਲਬ ਹਲਚਲ ਦੇ ਵਿੱਚ ਮਰ ਗਏ, ਜਿਹੜੇ ਸੰਗਤ ਜ਼ਿਆਦਾ ਇਕੱਠੀ ਹੋਈ ਸੀ। ਇਹਨਾਂ ਨੇ ਬਿਲਡਿੰਗਾਂ ਨੂੰ ਵੀ ਅੱਗਾਂ ਲਾਈਆਂ ਨਾ, ਕਿ ਇੱਕ ਤਾਂ ਜੇ ਸੰਤ ਇਕੱਲੇ ਟਾਰਗੇਟ ਹੁੰਦੇ ਤਾਂ ਅੱਜ ਕੱਲ੍ਹ ਕਿੰਨੀ ਟੈਕਨੋਲੋਜੀ ਐਡਵਾਂਸ ਹੈਗੀ ਆ, ਤੇ ਸੰਤਾਂ ਨੂੰ ਇੱਕ ਬੰਦਾ ਹੀ ਜਾ ਕੇ ਕਰ ਸਕਦਾ ਸੀ ਜੋ ਕਰਨਾ, ਹਿਊਮਨ ਬੰਦ ਜੋ ਮਰਜ਼ੀ, ਮਤਲਬ ਇਹਨਾਂ ਦਾ ਇਕੱਲਾ ਇੱਕ ਟਾਰਗੇਟ ਨਹੀਂ ਸੀ, ਇਹਨਾਂ ਦਾ ਤਾਂ ਮਤਲਬ ਕਿ ਸਿੱਖ ਕੌਮ ਨੂੰ ਦੀ ਨਸਲ ਕੁਸ਼ੀ, ਔਰ ਸਿੱਖ ਕੌਮ ਕਿੰਨਾ ਕੁ ਮਤਲਬ ਕਿ ਇਸ ਚੀਜ਼ ਨੂੰ ਦਰਬਾਰ ਸਾਹਿਬ ਦੇ ਅਟੈਕ ਨੂੰ ਬਰਦਾਸ਼ਤ ਕਰ ਸਕਦੇ, ਮਤਲਬ ਉੱਥੇ ਸਾਰੀਆਂ ਚੀਜ਼ਾਂ ਦੁੱਖ ਦੇਣ ਵਾਲੀਆਂ ਸੀਗੀਆਂ, ਵੀ ਮਤਲਬ ਕਿ ਇਹਨਾਂ ਨੂੰ ਕਿਸ ਤਰ੍ਹਾਂ ਵੱਧ ਤੋਂ ਵੱਧ ਦੁੱਖ ਪਹੁੰਚਾਇਆ ਜਾ ਸਕੇ। ਇੱਕ ਸੰਤਾਂ ਦਾ ਇਕੱਲਾ ਟਾਰਗੇਟ ਹੁੰਦਾ ਤਾਂ ਦਰਬਾਰ ਸਾਹਿਬ ਦੇ ਵਿੱਚ ਤਾਂ ਗੋਲੀ ਇੱਕ ਵੀ ਨਹੀਂ ਲੱਗਣ ਦੀ। ਤੇ ਜੀ, ਜਿਵੇਂ ਤੁਸੀਂ ਦੱਸਿਆ ਕਿ ਉੱਥੇ ਪਰ ਟੱਬਰਾਂ ਦੇ ਟੱਬਰ ਗਏ ਸੀ, ਤੇ ਇਹਦਾ ਮਤਲਬ ਕਿ ਉੱਥੇ ਸ਼ਹੀਦ ਹੋਏ ਆ ਜਿਹੜੇ ਪਰਿਵਾਰ, ਉਹ ਪਰਿਵਾਰਾਂ ਦੇ ਪਰਿਵਾਰ ਹੀ ਸ਼ਹੀਦ ਹੋ ਗਏ। ਹਾਂਜੀ, ਮਤਲਬ ਕਿ ਉਹਦੇ ਵਿੱਚ ਉਹ ਸੰਗਤ ਦੇ ਜ਼ਿਆਦਾ ਨੁਕਸਾਨ ਹੋਇਆ, ਜਿਹੜਾ ਸਿੰਘਾਂ ਨਾਲੋਂ ਦਰਬਾਰ ਸਾਹਿਬ ਦੇ ਵਿੱਚ ਉਸ ਟਾਈਮ ਦਾ ਆਇਆ ਨਾ, ਮਤਲਬ ਕਿ ਇਹ ਤਾਂ ਕੋਈ ਦੇਖੋ 250-300 ਦੀ ਗਿਣਤੀ ਸੀ ਜਿਹੜੀ ਸੰਤਾਂ ਦੀ ਸੰਗਤ ਕਹਾਉਂਦੀ ਆ, ਵੀ ਜਿਹਨਾਂ ਨੂੰ ਅਟੈਕ ਲਈ ਵੀ ਤਿਆਰ ਸੀ ਤਾਂ ਜਾਂ ਮਤਲਬ ਪਤਾ ਸੀਗਾ ਵੀ ਅਸੀਂ ਸੰਤਾਂ ਦੇ ਨਾਲ ਰਹਿੰਦੇ ਹਾਂ ਤਾਂ ਕੁਛ ਹੋਣਾ ਇੱਥੇ, ਜਿਹੜੀ ਆਮ ਸੰਗਤ ਸੀ ਉਹਨੂੰ ਤਾਂ ਇਹ ਨੌਬਤ ਦਾ ਨੀ ਨਾ ਕੁਛ ਵੀ ਪਤਾ ਸੀ, ਉਹ ਤਾਂ ਉਸ ਸੰਗਤ ਦਾ ਜ਼ਿਆਦਾ ਨੁਕਸਾਨ, ਜਿੰਨੇ ਉਸ ਟਾਈਮ ਦੇ ਸ਼ਹੀਦ ਹੋਏ ਉਹ ਹਨ, ਜਿੰਨੇ 84 ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ, ਦਰਬਾਰ ਸਾਹਿਬ ਤੋਂ ਬਾਹਰ, ਇਹਨਾਂ ਨੇ ਬਾਹਰ ਵੀ ਅਸੀਂ ਜਦੋਂ ਉੱਥੋਂ ਦਰਬਾਰ ਸਾਹਿਬ ਤੋਂ ਬਾਹਰ ਨਿਕਲੇ ਵੀ ਆ ਨਾ ਮੁੜ ਕੇ, ਵੀ ਜਿਵੇਂ ਇਹਨਾਂ ਨੇ ਢਿੱਲ ਦਿੱਤੀ, ਜਿਵੇਂ ਸਾਨੂੰ ਕੋਈ ਉੱਥੇ ਜਾਣਕਾਰੀ ਵਾਲਾ ਆ ਗਿਆ, ਉਹ ਕਹਿੰਦੇ ਕਿ ਇੱਥੇ ਤੁਹਾਡੀ ਮਤਲਬ ਕਿ ਤੁਸੀਂ ਖੁਦਕਸ਼ੀ ਹੋਊਗੀ, ਤੇ ਤੁਸੀਂ ਇੱਥੇ ਕੁਛ ਨੀ ਕਰਨਾ ਹੈਗਾ, ਆਪਾਂ ਬਾਹਰ ਜਾ ਕੇ ਲੜਾਈ ਲੜਦੇ ਹੈਗੇ ਆ। ਇਹ 6 ਜੂਨ ਦੀ ਗੱਲ ਨੀ, 6 ਜੂਨ ਨੂੰ ਮਤਲਬ ਕਿ ਜਿਵੇਂ 6 ਵਜੇ ਦੀ ਗੱਲ ਆ, 5-6 ਵਜੇ ਦੀ ਜਿੱਦਾਂ ਜੇ ਨਿਕਲਦਾ ਹੀ ਆ ਸੂਰਜ, ਅਸੀਂ ਬਾਹਰ ਨਿਕਲੇ ਤਾਂ ਉੱਥੇ ਜਿਹੜੇ ਵੀ ਪਿੱਛੇ ਕਮਰੇ ਜਿੱਦਾਂ ਸੀਗੇ ਬਾਗ ਵਾਲੀ ਗਲੀ ਏਦਾਂ ਸਾਡੇ ਸੀ, ਜਿੰਨੇ ਵੀ ਆਪਣੇ ਨਾ ਬਿਲਡਿੰਗਾਂ ਦੇ ਪਿੱਛੇ ਸੀ, ਜਿਹੜਾ ਹੁਣ ਇਹਨੇ ਗਲਿਆਰੇ ਦਾ ਰੂਪ ਦਿੱਤਾ, ਉਹਨਾਂ ਦੇ ਵਿੱਚ ਵੀ ਲੋਕ ਘਰਾਂ ਨੂੰ ਆਪਣਿਆਂ ਨੂੰ ਸੰਗਤ ਨੂੰ ਲੈ ਗਏ ਸੀਗੇ, ਜਿੰਨਾ ਕੁ ਉਹ ਰੋਟੀ ਦੇਣ ਆਲੇ ਦੁਆਲੇ ਵਾਲੇ ਆਉਂਦੇ ਸੀ, ਉਹਨਾਂ ਨੂੰ ਵਿਚਲੇ ਦਰਵਾਜੇ ਪਤਾ ਸੀ, ਸਾਨੂੰ ਤਾਂ ਉਹਨਾਂ ਚੀਜ਼ਾਂ ਬਾਰੇ ਕੋਈ ਨੌਲੇਜ ਨਹੀਂ ਸੀਗੀ ਹਨਾ, ਉਹ ਸਾਨੂੰ ਵਿੱਚੋਂ ਵਿੱਚੋਂ ਹੀ ਲੈ ਕੇ ਗਏ ਮੁੜ ਕੇ ਉੱਥੋਂ ਕੱਢ ਕੇ ਵੀ, ਉਹ ਕਹਿੰਦੇ ਆਪਾਂ ਬਾਹਰ ਜਾ ਕੇ ਦਿੰਦੇ ਹਾਂ, ਅਸੀਂ ਕਿਹਾ ਵੀ ਨਹੀਂ ਹੁਣ ਤਾਂ ਵੀ ਇੱਥੇ ਕੋਈ ਜਾਣਦਾ ਹੈ ਵੀ ਨਹੀਂ, ਆਪਾਂ ਇੱਥੇ ਸ਼ਹੀਦੀ ਪਾਵਾਂਗੇ, ਉਹ ਕਹਿੰਦੇ ਨਹੀਂ ਬਾਹਰ ਆਪਾਂ ਫੌਜ ਦੇਤੀ, ਆਪਾਂ ਫੌਜ ਨਾਲ ਬਾਹਰ ਜਾ ਕੇ ਲੜਾਈ ਦੇਵਾਂਗੇ, ਉਹ ਸਾਨੂੰ ਉੱਥੋਂ ਤਾਂ ਲੈ ਗਏ ਅਸੀਂ ਸਮੇਤ, ਜਿੱਦਾਂ ਵੀ ਉੱਥੇ ਜੋ ਸਿੰਘਾਂ ਦੀ ਇੱਦਾਂ ਪਏ ਸੀਗੇ ਸ਼ਸਤਰ, ਅਸੀਂ ਵੀ ਉਹ ਚੱਕ ਲਏ, ਜਿੱਦਾਂ ਕੁਛ ਉੱਥੋਂ ਛੱਡ ਕੇ ਮੋਰਚੇ ਅੱਗੇ ਪਿੱਛੇ ਚੱਲ ਗਏ, ਉੱਥੇ ਪਏ ਰਹਿ ਗਏ ਸੀਗੇ। ਪਰ ਲੇਕਿਨ ਜਿਹੜੀ ਆਮ ਸੰਗਤ ਦਾ ਜਿੱਦਾਂ ਚੀਕ ਚਿਹਾੜਾ, ਅੱਗਾਂ ਲਾਉਣੀਆਂ, ਪਾਣੀ ਦੀ ਸਪਲਾਈ ਬੰਦ ਕਰ ਦੇਣੀ, ਲਾਈਟ ਬੰਦ ਕਰ ਦੇਣੀ, ਮਤਲਬ ਇਸ ਚੀਜ਼ ਨੇ ਜ਼ਿਆਦਾ ਮਤਲਬ ਕਿ ਮੌਤ ਦਾ ਰੀਜ਼ਨ ਬਣਾਈਆਂ। ਤੇ ਬਿਲਕੁਲ ਜੀ, ਜਦੋਂ ਤੁਸੀਂ ਉੱਥੇ ਸੀਗੇ ਤੇ ਬਾਅਦ ਵਿੱਚ ਕਾਫੀ ਇਹੋ ਜਿਹਾ ਮਾਹੌਲ ਵੀ ਤੁਸੀਂ ਦੇਖਿਆ ਕਿ ਜਿਹੜੇ ਅਖਬਾਰਾਂ ਦੇ ਵਿੱਚ ਬਾਅਦ ਵਿੱਚ ਆਇਆ ਜੀ, ਉੱਥੇ ਤੇ ਕੁੜੀਆਂ ਸੀਗੀਆਂ, ਉੱਥੇ ਸ਼ਰਾਬ ਦੀਆਂ ਬੋਤਲਾਂ ਸੀਗੀਆਂ, ਕੀ ਇਹੋ ਜਿਹਾ ਮਾਹੌਲ ਤੁਹਾਨੂੰ ਲੱਗਦਾ ਸੀਗਾ ਉੱਥੇ ਦਰਬਾਰ ਸਾਹਿਬ ਜਾਂ ਅਕਾਲ ਤਖ਼ਤ ਤੇ ਵੀ ਇਹੋ ਜਿਹਾ ਮਾਹੌਲ ਵੀ ਹੋਊਗਾ? ਦੇਖੋ, ਇਹ ਤਾਂ ਉਹਨਾਂ ਦਾ ਆਪਣਾ ਮੀਡੀਆ, ਉਹਨਾਂ ਦੇ ਆਪਣਾ ਸਾਰਾ ਕੁਛ ਹੈ ਨਾ, ਅੱਜ ਤੱਕ ਸਾਨੂੰ ਤਾਂ ਦੁੱਖ ਹੀ ਇਸ ਗੱਲ ਦਾ, ਦੂਜੀਆਂ ਕੰਟਰੀਆਂ ਤੇ ਵੀ ਇਸ ਗੱਲ ਦਾ ਦੁੱਖ ਹੈ। ਦੇਖੋ, ਸੈਟੇਲਾਈਟ ਰਾਹੀਂ ਸਭ ਕੁਛ ਇਹਨਾਂ ਦੇ ਕੋਲ ਪਿਆ, ਇਹ ਅੱਜ ਵੀ ਉਹ ਰਿਕਾਰਡ ਕਿਉਂ ਨਹੀਂ ਨਸ਼ਰ ਕਰਦੇ? ਜਿਹੜਾ ਇਹ ਗਲਤ ਇਲਜ਼ਾਮ ਲਗਾਉਂਦੇ ਆ ਨਾ, ਉਹ ਰਿਕਾਰਡ ਹੋਏਗੀ ਨਾ ਇਹਨਾਂ ਕੋਲ ਕਿਤੇ ਨਾ ਕਿਤੇ, ਉਹ ਚੀਜ਼ਾਂ ਕਿਉਂ ਨੀ ਲੋਕਾਂ ਦੇ ਸਾਹਮਣੇ ਲਿਆਂਦੀਆਂ ਜਾਂਦੀਆਂ? ਬੋਲਣ ਨੂੰ ਤਾਂ ਆਪਾਂ ਜੋ ਮਰਜ਼ੀ ਬੋਲ ਦਈਏ,
ਅਸੀਂ ਵੀ ਜੋ ਮਰਜ਼ੀ ਬੋਲ ਸਕਦੇ ਹਾਂ, ਲੇਕਿਨ ਕਿ ਉਸ ਦੇ ਹਾਲਾਤ ਦੇ ਸਤਾਇਆ ਹੋ ਬੰਦਾ ਕੁਛ ਵੀ ਕਹਿ ਸਕਦਾ ਜੀ, ਪਰ ਲੇਕਿਨ ਉੱਥੇ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਨਹੀਂ ਸੀਗੀ ਜੋ ਜਿੱਥੇ ਤੁਹਾਨੂੰ ਇੱਕ ਸਮਝਦੇ ਜਿੱਥੇ ਇੱਕ ਪਤਾ ਤੇ ਅਟੈਕ ਹੋਣ ਜਾ ਰਿਹਾ। ਇਹਨਾਂ ਲੋਕਾਂ ਨੂੰ ਪਤਾ ਸੀ, ਉਹਨਾਂ ਨੂੰ ਪਤਾ ਸੀ ਕਿ ਸਾਡੀ ਸ਼ਹੀਦੀ ਪੈਣੀ ਆ, ਕਿ ਉਹ ਇਸ ਤਰ੍ਹਾਂ ਦਾ ਮੌਤ ਨੂੰ ਦੇਖ ਕੇ ਕੋਈ ਵੀ ਆਪਣੀਆਂ ਰੰਗ ਰਲੀਆਂ ਕਿੰਨਾ ਚਿਰ ਮਨਾ ਸਕਦਾ। ਕੋਈ ਏਦਾਂ ਦੀਆਂ ਚੀਜ਼ਾਂ ਹੋ ਸਕਦੀਆਂ ਜਿੱਥੇ ਇੱਕ ਪਵਿੱਤਰ ਧਰਤੀ ਹੋਵੇ, ਇੱਕ ਪਤਾ ਹੋਵੇ ਵੀ ਹੁਣ ਸ਼ਹੀਦੀ ਪੈਣੀ ਆ? ਜੀ 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 ਇਹ ਤਾਂ ਇਹਨਾਂ ਦੀ ਆ, ਇਹਨਾਂ ਨੇ ਤਾਂ ਹੁਣ ਜਿੱਦਾਂ ਮੂਵਮੈਂਟ ਪੂਰੀ ਨੂੰ ਹੁਣ ਅਸੀਂ ਬਹੁਤ ਕੁਛ ਵਿੱਚ ਹੋ ਕੇ ਦੇਖਿਆ, ਇੱਕ ਆਮ ਯਾਤਰੀ ਦੀ ਤਰ੍ਹਾਂ ਜਾ ਕੇ ਇੱਕ ਮੂਵਮੈਂਟ ਲੜੀ ਆ ਅਸੀਂ ਆਪਣੇ ਅੱਖੀ, ਔਰ ਮਤਲਬ ਕਿ ਪਿੰਡੇ ਤੇ ਹਟਾਈਆਂ ਚੀਜ਼ਾਂ ਵੀ ਇਹਨਾਂ ਨੇ ਕਿੱਦਾਂ ਮੂਵਮੈਂਟ ਨੂੰ ਤਹਿਸ ਨਹਿਸ ਕੀਤਾ, ਕਿਵੇਂ ਇਹਨਾਂ ਨੇ ਵਿੱਚ ਸਾਡੇ ਬੰਦੇ ਵਾੜੇ, ਕਿਵੇਂ ਨੇ ਉਹਨਾਂ ਲੋਕਾਂ ਦੇ ਨਜਾਇਜ਼ ਇਹਨਾਂ ਨੇ ਐਕਸ਼ਨ ਕਰਾਏ, ਉਹਨਾਂ ਲੋਕਾਂ ਨੂੰ ਆਮ ਨੂੰ ਜਿਹੜੇ ਸਾਡੇ ਪਬਲਿਕ ਨੂੰ ਅਗੇਂਸਟ ਕਰਨ ਵਾਲੇ ਕੰਮ ਸੀ ਉਹ ਮਤਲਬ ਕਿ ਅਗੇ ਉਹ ਐਕਸ਼ਨ ਕੀਤੇ, ਉਹਨਾਂ ਦੀਆਂ ਜ਼ਿੰਮੇਵਾਰੀਆਂ ਇਹਨਾਂ ਦੇ ਜਥੇਬੰਦੀਆਂ ਦੇ ਉੱਤੇ ਲੈ ਲਈਆਂ, ਮਤਲਬ ਉਹ ਅਸੀਂ ਸਭ ਕੁਛ ਆਪਣੇ ਹੱਥੀ ਦੇਖਿਆ ਹੋਇਆ ਇਹ ਚੀਜ਼ਾਂ। ਤੇ ਬਿਲਕੁਲ ਕਲਵੀਰ ਕੌਰ ਜੀ, ਆਵਾਜ਼ ਨਹੀਂ ਜਾਂਦੀ ਜੀ ਜੀ ਬਿਲਕੁਲ, ਆਵਾਜ਼ ਨਹੀਂ ਜਾ ਸਕਦੀ, ਸਾਨੂੰ ਦਬਾਇਆ ਗਿਆ ਹੈ, ਨਾ ਸਾਡੀ ਕੋਈ ਮੀਡੀਆ ਇਸ ਤੱਕ ਨਾ ਸੱਚਾਈ ਨੂੰ ਕੋਈ ਨਸ਼ਰ ਨਹੀਂ ਕਰਦਾ। ਬਿਲਕੁਲ ਕਲਵੀਰ ਕੌਰ ਜੀ, ਜਿੱਦਾਂ ਤੁਸੀਂ ਨਿਕਲੇ ਆ ਤੇ ਤੁਸੀਂ ਦੱਸਦੇ ਹੋ ਕਿ ਉੱਥੇ ਖੂਨ ਹੀ ਖੂਨ ਸੀ, ਤੇ ਉੱਥੇ ਲਾਸ਼ਾਂ ਤੇ ਕਹਿੰਦੇ ਵੀ ਉਹ ਜਿੰਦਿਆਂ ਨੂੰ ਹੀ ਕਈਆਂ ਨੂੰ ਸੈਕਦਿਆਂ ਨੂੰ ਟਰੱਕਾਂ ਦੇ ਵਿੱਚ ਜਿਹੜਾ ਲੱਦ ਕੇ ਲੈ ਗਏ ਆ, ਤੇ ਬੇਨਾਮੀਆਂ ਜਿਹੜੀਆਂ ਲਾਸ਼ਾਂ ਆ ਉਹਨਾਂ ਨੂੰ ਉੱਦਾਂ ਹੀ ਉਹਨਾਂ ਨੇ ਸਾੜ ਦਿੱਤਾ ਤੇ ਕਿਸੇ ਨੂੰ ਦਿੱਤਾ ਨੀਗਾ। ਤੇ ਫਿਰ ਤੁਸੀਂ ਉੱਥੋਂ ਜਿੱਦਾਂ ਨਿਕਲ ਗਏ ਆ, ਤੇ ਨਿਕਲ ਕੇ ਜੋ ਕੁਛ ਵੀ ਹੋਇਆ ਉੱਥੇ, ਕੁਝ ਸਾਲਾਂ ਬਾਅਦ ਤੁਸੀਂ ਜਦੋਂ ਉੱਥੇ ਆਏ ਆ, ਤੇ ਤੁਹਾਡੇ ਤੇ ਕੀ ਤਸ਼ੱਦਦ ਹੋਇਆ? ਦੇਖੋ ਅਸੀਂ ਕੁਛ ਟਾਈਮ ਤਾਂ ਮਤਲਬ ਕਿ ਉਸ ਘਟਨਾ ਦੇ ਤੋਂ ਹੀ ਮੁੜ ਕੇ ਜਿਵੇਂ ਘਰਦਿਆਂ ਨੂੰ ਵੀ ਕਹਿ ਦਿੱਤਾ ਕਿ ਥੋੜੀ ਬਹੁਤੀ ਜਿਵੇਂ ਪਹਿਲਾਂ ਮਾੜੇ ਮੋਟੇ ਸਿੰਘ ਪ੍ਰਸ਼ਾਦਾ ਛਕਦੇ ਸੀਗੇ ਕੋਈ ਐਕਸ਼ਨ ਦੇ ਵਿੱਚ, ਚਲੋ ਕੋਈ ਚੀਜ਼ ਵਾਸਤੇ ਇੱਧਰ ਉੱਧਰ ਕਰਨੀ ਪੈਂਦੀ ਸੀ, ਮਤਲਬ ਕਿ ਥੋੜੀ ਬਹੁਤੀ ਸੇਵਾ ਕਰਦੇ ਸੀ। ਉਹ ਤੋਂ ਬਾਅਦ ਘਰਦਿਆਂ ਨੇ ਵੀ ਕਹਿ ਦਿੱਤਾ ਕਿ ਜਿੱਦਾਂ ਪਹਿਲਾਂ 17 ਦਿਨ ਬਾਅਦ ਮੇਰੇ ਐਲਡਰ ਸਿਸਟਰ ਜਿੱਦਾਂ ਗਏ ਘਰ ਬੱਚਿਆਂ ਸਮੇਤ, ਤਾਂ ਉਹਨਾਂ ਨੂੰ ਫੌਜ ਲੈ ਗਈ। ਉਹਨਾਂ ਨੇ ਘਰਦਿਆਂ ਨੇ ਜਵਾਬ ਦੇ ਦਿੱਤਾ, ਮੈਂ ਉਸ ਟਾਈਮ ਮਤਲਬ ਅਨਮੈਰਿਡ ਸੀ, ਉਹ ਕਹਿੰਦੇ ਕਿ ਫੌਜ ਲੈ ਜਾਂਦੀ ਆ ਕਿ ਅਸੀਂ ਤੈਨੂੰ ਘਰ ਨਹੀਂ ਜਾ ਸਕਦੇ। ਮੁੜ ਕੇ ਉਹਦੇ ਤੋਂ ਮਤਲਬ ਕਿ ਮੈਂ ਆਪਣਾ ਫੈਸਲਾ ਲੈ ਲਿਆ ਕਿ ਮੈਂ ਘਰ ਵਾਪਸ ਜਾਣਾ ਹੀ ਨਹੀਂ ਹੈਗਾ ਹੁਣ ਤੋਂ, ਜੋ ਵੀ ਜਿੰਨੀ ਦੇਰ ਸਰੀਰ ਚ ਹੈ ਸਾਹ, ਮਤਲਬ ਕਿ ਪੰਥ ਦੇ ਕਾਰਜਾਂ ਵਾਸਤੇ ਹੀ ਯੋਗਦਾਨ ਪਾਉਣਾ, ਜੋ ਮਾਲਕ ਨੂੰ ਚੰਗਾ ਲੱਗੇਗਾ, ਮਤਲਬ ਕਿ ਸੇਵਾ ਦਾ ਹੀ ਉਸ ਟਾਈਮ ਮਨ ਦੇ ਵਿੱਚ ਧਾਰ ਲਈ ਸੀ ਵੀ ਮੈਂ ਸੇਵਾ ਹੀ ਕਰਨੀ ਹੈਗੀ ਆ। ਦਰਬਾਰ ਸਾਹਿਬ ਦੇ ਜੋ ਅਟੈਕ ਦਾ ਹੋਇਆ ਵੀ ਉਸ ਦੇ ਲਈ ਜੋ ਵੀ ਅਸੀਂ ਕਿਸੇ ਦੇ ਨਾਲ ਆਪਣਾ ਇਸ ਚੀਜ਼ ਦਾ ਬਦਲਾ ਲੈ ਸਕਦੇ ਹੋਏ ਵੀ ਜ਼ਰੂਰ ਇਹਦੇ ਵਿੱਚ ਹਿੱਸਾ ਪਾਵਾਂਗੇ। ਮੁੜ ਕੇ ਮੈਂ ਘਰ ਵਾਲਾ ਤਾਂ ਮਾਹੌਲ ਖਰਾਬ ਹੋ ਗਿਆ, ਨਹੀਂ ਮੁੜ ਕੇ ਮੈਂ ਘਰ ਵਾਪਸੀ ਨਹੀਂ ਕੀਤੀ ਹੈਗੀ। ਤੇ ਜਿਵੇਂ ਤੁਹਾਡੇ ਘਰਦਿਆਂ ਨੂੰ ਵੀ ਤੰਗ ਜ਼ਰੂਰ ਕੀਤਾ ਹੋਊਗਾ ਉਹਨਾਂ ਨੇ, ਜਦੋਂ ਵੀ ਕੋਈ ਫਸਲ ਵਾੜੀ ਵਾਲੀ ਦਿਨ ਆਉਣਾ ਆ ਵੀ ਉਸ ਟਾਈਮ ਹੀ ਭਰਾਵਾਂ ਨੂੰ ਵੀ ਫਾਦਰ ਨੂੰ ਵੀ ਚੱਕ ਕੇ ਲੈ ਜਾਣਾ ਵੀ ਨਹੀਂ, ਮਤਲਬ ਕਿ ਉਹ ਫਿਰ ਭਾਵਾਂ 20 ਦਿਨ ਰੱਖਣ 25 ਦਿਨ ਰੱਖਣ, ਜਿੱਦਾਂ ਨੁਕਸਾਨ ਪਹਿਲਾਂ ਤਾਂ ਇਸ ਢੰਗ ਨਾਲ ਕਰਦੇ ਸੀ ਵੀ ਚੱਲ ਇਹ ਵੈਸੇ ਹੀ ਇੱਕ ਖੇਤੀਬਾੜੀ ਨਾ ਸੰਭਾਲ ਸਕਣ, ਫਸਲ ਵਾਲੇ ਕੱਟਣ ਵੱਢਣ ਵਾਲੇ ਦਿਨਾਂ ਦੇ ਵਿੱਚ ਤਾਂ ਤਕਰੀਬਨ ਏਦਾਂ ਦਾ ਸੀ। ਫਿਰ 7 ਤੋਂ ਬਾਅਦ ਦੇ ਵਿੱਚ ਤਾਂ ਕਾਫੀ ਜ਼ਿਆਦਾ ਹੀ ਉਹਨਾਂ ਦੀ ਮਾੜੀ ਹਾਲਤ ਕੀਤੀ ਆ, ਮਤਲਬ ਇਹ ਆ ਵੀ ਜਾਨੀ ਨੁਕਸਾਨ ਉਹਨਾਂ ਦਾ ਕੋਈ ਨਹੀਂ ਹੋਇਆ, ਲੇਕਿਨ ਫਾਈਨੈਂਸ਼ਲੀ ਤੌਰ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਮਤਲਬ ਕਿ ਥੱਲੇ ਚੱਲ ਗਏ ਫੈਮਿਲੀ, ਰੋਟੀ ਤੋਂ ਵੀ ਮਥਾਜ ਹੋ ਗਈ। ਫਿਰ ਛੋਟਾ ਭਰਾ ਜਿਹੜਾ ਸੀ ਉਹ ਤਾਂ ਮਤਲਬ 15 ਸਾਲ ਅੰਡਰਗਰਾਉਂਡ ਹੀ ਰਿਹਾ। ਜੀ ਜੀ ਮਤਲਬ ਘਰਦਿਆਂ ਦੇ ਏਦਾਂ ਦੇ ਹਾਲਾਤ ਜ਼ਿਆਦਾ, ਕਿਉਂਕਿ ਇੱਕ ਅੰਮ੍ਰਿਤਸਰ ਗੁਰਦਾਸਪੁਰ ਜਿਹੜਾ ਇਲਾਕਾ ਇਹ ਜ਼ਿਆਦਾ ਮਤਲਬ ਕਿ ਪ੍ਰਭਾਵਿਤ ਰਿਹਾ ਇਹਨਾਂ ਚੀਜ਼ਾਂ ਦੇ ਨਾਲ, ਘਰ ਪਰਤੀ ਜਿਹਦਾ ਸਿੰਘ ਤੁਰ ਪੈਂਦੇ ਸੀ ਇਸ ਚੀਜ਼ ਨੂੰ, ਮਤਲਬ ਇਹਨਾਂ ਦੇ ਹਾਲਾਤ ਹੀ ਏਦਾਂ ਦੇ ਬਣਾ ਤੇ ਕੀ ਇਹ ਜਿਹੜੇ ਸਾਡੇ ਲੀਡਰ ਵੀ ਆ ਨਾ ਇਹ ਬੰਦਿਆਂ ਦੇ ਜਜ਼ਬਾਤ ਭੜਕਾਉਂਦੇ ਸੀ ਆਪਣੇ ਇਹਨਾਂ ਦੇ ਨਿਆਣਿਆਂ ਨੂੰ, ਕਿਸੇ ਨੂੰ ਕੁਛ ਨੀ ਹੋਇਆ ਨਾ ਇਹਨਾਂ ਨੂੰ ਆਪਣੇ ਨੂੰ ਹੋਇਆ, ਲੇਕਿਨ ਉਹ ਜਿਹੜੇ ਜਿਹੜੇ ਯੰਗ ਜਨਰੇਸ਼ਨ ਨੂੰ ਕਹਿ ਲਓ ਕਿ ਜਿੱਦਾਂ ਅੱਜ ਇਹ ਨਸ਼ਿਆਂ ਚ ਮਾਰਦੇ ਨਾ, ਉਸ ਟਾਈਮ ਨੇ ਇਹਨਾਂ ਦੀ ਜਵਾਨੀ ਉੱਧਰ ਮਰਵਾ ਤੀ, ਮਤਲਬ ਕਿ ਇੰਨਾ ਉਹਨਾਂ ਨੂੰ ਕੋਈ ਸੋਝੀ ਨਹੀਂ ਸੀ, ਕੋਈ ਕੁਛ ਨੀ, ਇਨੋਸੈਂਟ ਲੋਕਾਂ ਦੇ ਹਥਿਆਰ ਫੜਾ ਦਿੰਦੇ ਸੀ ਕਿ ਹਾਂ ਵੀ ਇਹ ਇਹਨਾਂ ਨੂੰ ਕੁਛ ਕਰੋ, ਮਤਲਬ ਕਿ ਤੁਸੀਂ ਇਹ ਮਤਲਬ ਕਿ ਏਦਾਂ ਮਰਨੇ ਚਾਹੀਦੇ। ਮੁੜ ਕੇ ਫੇਕ ਐਨਕਾਊਂਟਰਾਂ ਦੇ ਵਿੱਚ ਇਹਨਾਂ ਦੇ ਮੁਕਾਬਲੇ ਵੀ ਉੱਥੇ ਚਾਲ ਚਲ ਮਾਰ ਦਿੱਤੇ, ਉੱਥੇ ਛੇ ਮਾਰ ਦਿੱਤੇ, ਕੋਈ ਵੀ ਮਤਲਬ ਕਿ ਕੁਛ ਐਕਸ਼ਨਾਂ ਨੂੰ ਛੱਡ ਕੇ ਜਾਂ ਮੁਕਾਬਲਿਆਂ ਨੂੰ ਛੱਡ ਕੇ ਮਤਲਬ ਕਿ ਟੋਟਲੀ ਫੇਕ ਐਨਕਾਊਂਟਰ ਹੋਏ ਉਹਨਾਂ ਟਾਈਮਾਂ ਦੇ। ਤੇ ਬਿਲਕੁਲ, ਤੇ ਤੁਸੀਂ ਜਿੱਦਾਂ ਉਸ ਤੋਂ ਅੱਗੇ ਚਲੋ, ਕਿਉਂਕਿ ਇਹਨਾਂ ਨੇ ਜਿਹੜੇ ਤਸ਼ੱਦਦ ਕੀਤੇ ਆ ਆਮ ਲੋਕਾਂ ਤੇ ਜਾਂ ਘਰਦਿਆਂ ਤੇ ਪਿੱਛੇ, ਉਹ ਤਾਂ ਬਹੁਤ ਜ਼ਿਆਦਾ ਆ ਜੀ, ਅਣਗਿਣਤ ਹੈਗੇ ਆ, ਪਰ ਤੁਸੀਂ ਜਿੱਦਾਂ ਆਪਣੀ ਜਵਾਨੀ ਦੱਸ ਰਹੇ ਆ, ਤੇ ਉਸ ਤੋਂ ਬਾਅਦ ਜਿਵੇਂ ਤੁਸੀਂ ਅੰਡਰਗਰਾਊਂਡ ਰਹੇ ਆ, ਤੁਸੀਂ ਖੁਦ ਵੀ ਰਹੇ ਆ, ਤੇ ਤੁਸੀਂ ਇਹਨਾਂ ਤੋਂ ਬਾਲ ਬਾਲ ਕਿਵੇਂ ਬਚੇ ਆ?
ਦੇਖੋ ਉਸ ਟਾਈਮ ਸਾਨੂੰ ਸੰਗਤ ਜਿੱਦਾਂ ਲੋਕਾਂ ਦੀ ਬਹੁਤ ਜ਼ਿਆਦਾ ਸਪੋਰਟ ਸੀਗੀ ਜਿੱਦਾਂ ਸ਼ੁਰੂ ਸ਼ੁਰੂ ਦੇ ਵਿੱਚ ਜਿੱਦਾਂ ਮੂਵਮੈਂਟ ਜਿੱਦਾਂ 84 ਤੋਂ ਲੈ ਕੇ ਕਹਿ ਲਓ ਕਿ 89 ਤੱਕ ਜਿਹੜੀ ਹੈ ਨਾ ਉੱਥੇ ਸੰਗਤ ਦਾ ਬੋਲਬਾਲਾ ਸੰਗਤ ਬਹੁਤ ਜਿਹੜਾ ਆਪਣੇ ਸਿੰਘਾਂ ਦੀ ਸੀ ਸਪੋਰਟ ਕਰਦੀ ਸੀ। ਹੁਣ ਜਿਵੇਂ ਸਾਨੂੰ ਸਾਹਮਣੇ ਦਿਸ ਵੀ ਪੈਂਦਾ ਸੀਗਾ ਸਾਡੇ ਕਈ ਵਾਰੀ ਜਿਵੇਂ ਉੱਥੇ ਕੱਚਿਆਂ ਰਾਹਾਂ ਦੇ ਉੱਤੇ ਜ਼ਿਆਦਾਤਰ ਚੱਲਦੇ ਸੀਗੇ ਜਿਵੇਂ ਨਹਿਰਾਂ ਦੇ ਜਿਹੜੇ ਆਲੇ ਦੁਆਲੇ ਦੇ ਹੁੰਦੇ ਹੈਗੇ ਆ ਜਿਹੜੇ ਉਹਨਾਂ ਦੇ ਜਾਂਦੇ ਇਲਾਕੇ ਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰੀ ਮੈਂ ਉਹ ਟਾਈਮ 'ਚ ਰਹੀ ਹੈਗੀ ਹਾਂ ਤੇ ਉਹ ਟਾਕਰਾ ਵੀ ਹੋ ਜਾਣਾ ਉੱਥੇ ਵੀ ਮਤਲਬ ਕਿ ਪਿੰਡ ਵੱਲੋਂ ਥੱਲੇ ਨੂੰ ਉੱਤਰ ਜਾਣਾ ਵਿੱਚ ਇਸ ਮੋਟਰਸਕੂਟਰ ਛੱਡ ਦੇਣਾ ਮਤਲਬ ਕਈ ਵਾਰੀ ਤਾਂ ਉਹ ਲੋਕਾਂ ਨੇ ਕਹਿਣਾ ਕਿ ਇੱਥੇ ਹੀ ਤੁਹਾਨੂੰ ਰੱਖ ਲੈਣੇ ਨਹੀਂ ਤਾਂ ਕਈ ਵਾਰੀ ਉਹਨਾਂ ਨੇ ਜਿੱਦਾਂ ਪੁਲਿਸ ਥੋੜ੍ਹੀ ਦੇਰ ਬਾਅਦ ਛਾਣਬੀਣ ਕਰਕੇ ਗਈ ਉਹ ਤੋਂ ਬਾਅਦ ਵੀ ਕੱਢ ਵੀ ਦੇਣਾ ਵੀ ਤੁਸੀਂ ਅੱਗੇ ਨਿਕਲ ਜਾਓ ਇੱਥੇ ਅੱਜ ਕੀ ਖਤਰਾ ਹੈਗਾ ਮਤਲਬ ਕਿ ਇੱਧਰ ਲੋਕਾਂ ਦੀ ਸਪੋਰਟ ਸਾਨੂੰ ਬਹੁਤ ਉਹਨਾਂ ਟਾਈਮਾਂ ਦੇ ਵਿੱਚ ਮਿਲੀ ਹੈਗੀ ਆ। ਈਵਨ ਕਿ ਦਰਬਾਰ ਸਾਹਿਬ ਜਦੋਂ ਅਟੈਕ ਹੋਇਆ ਇਹ ਵੀ ਇਕੱਲੀ ਫੌਜ ਨੇ ਹੀ ਜ਼ਿਆਦਾ ਕੀਤਾ ਪੰਜਾਬ ਪੁਲਿਸ ਨੂੰ ਵੀ ਇਹਨਾਂ ਨੇ ਉਸ ਟਾਈਮ ਨਹੀਂ ਸੀ ਭਰੋਸੇ 'ਚ ਲਿਆ ਹੈ ਉਹ ਉਸ ਟਾਈਮ ਪੰਜਾਬ ਪੁਲਿਸ ਨੇ ਵੀ ਸਾਡਾ ਸਾਥ ਦਿੱਤਾ ਮਤਲਬ ਕਿ ਜਿਹੜੇ ਲੋਕ ਉਹ ਸਾਨੂੰ ਜਾਣਦੇ ਪਛਾਣਦੇ ਸੀ ਜੇ ਕਿਤੇ ਮਤਲਬ ਕਿ ਉਹਨਾਂ ਦੀ ਇਹ ਲੈ ਲੈਂਦੇ ਮਦਦ ਤਾਂ ਜਿੰਨੇ ਕੁ ਸਿੰਘ ਬਾਅਦ ਵਿੱਚ ਨਿਕਲ ਕੇ ਲੜਾਈ ਵੀ ਦਿੱਤੀ ਤਾਂ ਸ਼ਾਇਦ ਉਹਨਾਂ 'ਚੋਂ ਘੱਟ ਹੀ ਕੋਈ ਨਜ਼ਰ ਆਉਂਦਾ ਕਾਫੀ ਲੋਕ ਸਿੰਘ ਉੱਥੋਂ ਬਚ ਕੇ ਦਰਬਾਰ ਸਾਹਿਬ ਤੋਂ ਜਿੱਦਾਂ ਨਿਕਲ ਗਏ ਸੀ ਤੇ ਉਹਨਾਂ ਨੇ ਬਾਅਦ ਚ ਵਿੱਚ ਮੂਵਮੈਂਟ ਦੇ ਵਿੱਚ ਮਤਲਬ ਆਪਣਾ ਯੋਗਦਾਨ ਪਾਇਆ ਉਸ ਟਾਈਮ ਮਤਲਬ ਕਿ ਇਹੀ ਸੀ ਇਹਨਾਂ ਵਿੱਚ ਬਾਅਦ ਵਿੱਚ ਜਿਵੇਂ ਸੈਂਟਰ ਰਿਚਾਰਜ ਕਰੋ ਕੋਈ ਇਹ ਸਮਝ ਨਹੀਂ ਸਕਦੇ ਮਤਲਬ ਇਹਨਾਂ ਦੀ ਸਥਿਤੀ ਨੂੰ ਮੁੜ ਕੇ ਜਿੱਦਾਂ ਪੰਜਾਬ ਪੁਲਿਸ ਵੀ ਇਹਨਾਂ ਨੇ ਅਗੇਂਸਟ ਕਰਵਾਤੀ ਉਹਨਾਂ ਦੇ ਪਰਿਵਾਰ ਵਿੱਚੋਂ ਇੱਕ ਵਾਰੀ ਮੈਨੂੰ ਯਾਦ ਆ ਕਿ ਜਿੱਦਾਂ ਪਹਿਲਾਂ ਉਹ ਲੋਕ ਸਾਡਾ ਸਾਥ ਦਿੰਦੇ ਸੀ ਇੱਕ ਵਾਰੀ ਉਹਨਾਂ ਦੀ ਫੈਮਿਲੀਆਂ ਦੇ 9 ਮੈਂਬਰ ਮਾਰ ਦਿੱਤੇ ਇਹਨਾਂ ਨੇ ਉਹ ਤੋਂ ਬਾਅਦ ਆ ਕੁਛ ਮਤਲਬ ਕਿ ਪੁਲਿਸ ਵਾਲੇ ਬਹੁਤ ਜ਼ਿਆਦਾ ਖਿਲਾਫ਼ ਹੋ ਗਏ ਉਹਨਾਂ ਨੇ ਉਸੇ ਮਤਲਬ ਕਿ ਕਰਕੇ ਵੀ ਹਾਂ ਸਾਡੇ ਬੰਦੇ ਮਾਰੇ ਆ ਆਮ ਪਬਲਿਕ ਸਾਡੀ ਮਾਰ ਦਿੱਤੀ ਜਿਹਨਾਂ ਦੇ ਮਾੜਾ ਜਿਹਾ ਵੀ ਕੋਈ ਪਤਾ ਸੀ ਵੀ ਇਹਨਾਂ ਦੇ ਘਰੋਂ ਬੰਦਾ ਗਿਆ ਹੋਇਆ ਖਾੜਕੂ ਮੈਂ ਏਦਾਂ ਇਹ ਭਰਾ ਮਾਰੂ ਜੰਗ ਜਿਹੜੀ ਇਹਨਾਂ ਨੇ ਸ਼ੁਰੂ ਕਰਵਾ ਦਿੱਤੀ। ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਉਸ ਟਾਈਮ ਦੇ ਉੱਤੇ ਇਹਨਾਂ ਨੇ ਜਿਹੜੇ ਉਹ ਬਲੈਕ ਕੈਟ ਸੀਗੇ ਉਹ ਛੱਡ ਦਿੱਤੇ ਤੇ ਉਹ ਘੁਸਪੈਂਟ ਕਰਾ ਦਿੱਤੀ ਜਿਹੜੀਆਂ ਖਾੜਕੂ ਜਥੇਬੰਦੀਆਂ ਸੀਗੀਆਂ। ਹਾਂ ਉਹਨਾਂ ਦੇ ਨਾਲ ਮਤਲਬ ਮੂਵਮੈਂਟ ਦਾ ਰੁੱਖ ਹੀ ਬਦਲ ਦਿੱਤਾ ਉਹਨਾਂ ਚੀਜ਼ਾਂ ਦਾ ਮਤਲਬ ਕਿ ਇਹ ਨਾ ਇਹ ਟ੍ਰੇਨੀ ਸੀਗੇ ਨਾ ਐਜੂਕੇਟਡ ਸੀਗੀਆਂ ਫੈਮਿਲੀਆਂ ਨਾ ਇਹਨਾਂ ਦੀ ਬਹੁਤ ਜ਼ਿਆਦਾ ਏਜ ਸੀਗੀ ਜਿਵੇਂ 13-13 14-14 ਸਾਲ ਦੇ ਜਿਹੜੇ ਇਹ ਲੋਕਾਂ ਦੇ ਬੱਚੇ ਜਿਹੜੇ ਆ ਨਾ ਉੱਠ ਜਾਂਦੇ ਸੀਗੇ ਜਿਵੇਂ ਅੰਮ੍ਰਿਤਸਰ ਗੁਰਦਾਸਪੁਰ ਏਰੀਏ ਦੀ ਖਾਸ ਕਰਕੇ ਮਤਲਬ ਜਿੱਦਾਂ ਮੈਂ ਗੱਲ ਕਰਦੀ ਹੈਗੀ ਹਨਾ ਇਹਨਾਂ ਲੋਕਾਂ ਦੇ ਵਿੱਚ ਘਰ ਪਰਤੀ ਜਿਵੇਂ ਕਹਿ ਲਓ ਕਿ ਕੋਈ ਗੁਰੂ ਜਿੱਦਾਂ ਛੋਹ ਕਰ ਇਸ ਇਹ ਇਲਾਕਿਆਂ ਦੇ ਵਿੱਚ ਬਹੁਤ ਕੁਛ ਦੇਖਿਆ ਜਿਵੇਂ ਆਪਣੇ ਲੋਕ ਨਹੀਂ ਐਵੇਂ ਉੱਠਦੇ ਹੈਗੇ ਇਹਨਾਂ ਦੇ ਵਿੱਚ ਇੱਕ ਜਜ਼ਬਾ ਆ ਉਹ ਅੱਜ ਵੀ ਵੈਸੇ ਤਾਂ ਜਿੰਦਾ ਆ ਲੇਕਿਨ ਕੱਲ ਕੀ ਹੈ ਕਿ ਉਹਨਾਂ ਨੂੰ ਹੁਣ ਉਸੇ ਚੀਜ਼ ਦੇ ਵਿੱਚ ਇਸ ਟਾਈਮ ਮਤਲਬ ਕਿ ਸਾਡਾ ਉਹ ਮੂਵਮੈਂਟ ਨਾਲੋਂ ਵੱਧ ਇਸ ਲਈ ਨਸ਼ੇ ਨੁਕਸਾਨ ਕਰ ਰਹੇ ਆ ਉਹੀ ਸਾਡੇ ਮੁੰਡੇ ਸਾਰੇ ਇਹਨਾਂ ਨੇ ਨਸ਼ਿਆਂ 'ਚ ਪਾਤੇ ਜਿੰਨੇ ਵੀ ਯੰਗ ਜਨਰੇਸ਼ਨ ਜੀ ਜੀ ਬਿਲਕੁਲ ਕਿਉਂਕਿ ਜਿਹੜੀਆਂ ਨਸਲਾਂ ਆ ਉਹ ਕਿਵੇਂ ਉਹਨਾਂ ਦੀ ਤਬਾਹੀ ਕਰਨੀ ਆ ਇਹ ਤਾਂ ਗੌਰਮੈਂਟਾਂ ਨੂੰ ਪਤਾ ਆ ਕਿ ਇੱਕ ਨਸਲ ਦੀ ਤਬਾਹੀ ਕਰ ਦਿੱਤੀ ਜੀ ਇਹਨਾਂ ਨੇ ਸ਼ਹੀਦੀਆਂ ਸ਼ਹੀਦ ਕਰ ਦਿੱਤੇ ਅਤੇ ਕਈ ਕਈ ਪਿੰਡ ਇਹੋ ਜਿਹੇ ਆ ਜਿੱਥੇ 20-20 ਸਾਲ ਹੈ ਜਿਹੜੀ ਉਹ ਬਰਾਤ ਨੇ ਚੜ੍ਹੀ ਅਤੇ ਜਿਹੜੀ ਉਹ ਤੋਂ ਅਗਲੀ ਜਨਰੇਸ਼ਨ ਹੈਗੀ ਆ ਉਹਨੂੰ ਇਹਨਾਂ ਨੇ ਜਿਹੜੇ ਨਸ਼ੇ ਵੰਡ ਦਿੱਤੇ ਆ ਅਤੇ ਤਾਂ ਕਿ ਇਹਨਾਂ ਦੀ ਜਿਹੜੀ ਸੋਚ ਆ ਉਹਨੂੰ ਮਾਰਿਆ ਜਾ ਸਕੇ ਤਾਂ ਕਿ ਇਹਨਾਂ ਨੂੰ ਜਿਹੜਾ ਪਿਛਲਾ ਆ ਆਪਣਾ ਉਹ ਯਾਦ ਨਾ ਆਵੇ। ਅਤੇ ਚਲੋ ਜੀ ਤੁਹਾਡਾ ਜਿਹੜਾ ਸੰਘਰਸ਼ ਆ ਬਹੁਤ ਲੰਬਾ ਆ ਅਤੇ ਉਸ ਤੋਂ ਅਗਲੇ ਪੜਾਅ 'ਤੇ ਆਉਂਦੇ ਆਪਾਂ ਕਿ ਜਿਹੜਾ ਤੁਸੀਂ ਇਹ ਗੁਰੂ ਆਸਰਾ ਟਰੱਸਟ ਚਲਾਇਆ ਹੋਇਆ ਆ ਇਹਦੇ ਵਿੱਚ ਜਿਹੜਾ ਤੁਸੀਂ ਬੱਚੇ ਕਿਸ ਤਰ੍ਹਾਂ ਦੇ ਲਏ ਇਹਦੇ ਵਿੱਚ? ਇਸ ਵਿੱਚ ਜਦੋਂ ਮੈਨੂੰ ਮਤਲਬ ਕਿ ਇਹਨਾਂ ਨੇ ਨਜਾਇਜ਼ ਮਤਲਬ ਇਲੀਗਲ ਹਰਾਸਮੈਂਟ ਜਿੱਦਾਂ ਇਲੀਗਲ ਡਿਟੈਂਸ਼ਨ 'ਚ ਰੱਖਿਆ ਉਸ ਟਾਈਮ ਮਤਲਬ ਅਸੀਂ ਕੁਛ ਹੋਰ ਵੀ ਮੇਰੇ ਨਾਲ ਜਿੱਦਾਂ ਲੇਡੀਜ਼ ਸੀਗੀਆਂ ਜਿਹੜੀਆਂ ਇੱਕ ਤਾਂ ਮਤਲਬ ਕਿ ਸੁਰਿੰਦਰ ਕੌਰ ਸੀਗੀ ਤਰਨ ਤਾਰਨ ਸਾਹਿਬ ਤੋਂ ਜੀ ਇੱਕ ਹਰਜੀਤ ਕੌਰ ਸੀਗੀ ਅਨਾਰ ਸਿੰਘ ਪਾੜਾ ਦੀ ਵਾਈਫ ਇਹ ਇਸ ਤਰ੍ਹਾਂ ਅਸੀਂ ਤਿੰਨ ਮਤਲਬ ਕਿ ਸਾਡੇ ਤੋਂ ਪਹਿਲਾਂ ਜਿਹੜੇ ਜਾਣ ਤੋਂ ਉਸੇ ਸੈੱਲ ਦੇ ਵਿੱਚ ਮਾਨੋ ਚਾਲ ਦਾ ਪਰਿਵਾਰ ਸੀਗਾ ਮਤਲਬ ਇਹਨਾਂ ਨੇ ਜਦੋਂ ਮੈਨੂੰ ਲੈ ਕੇ ਗਏ ਇਹਨਾਂ ਦੇ ਬਦਲ ਦਿਲ ਦੇ ਵਿੱਚ ਇਹ ਹੋ ਗਿਆ ਕਿ ਇਹ ਜ਼ਿਆਦਾ ਕੁਛ ਸਾਨੂੰ ਦੇਗੀ ਇਹਨਾਂ ਨੇ ਉਹਨਾਂ ਨੂੰ ਉਹਨਾਂ ਦੀ ਮਾਸੀ ਜੀ ਸੀ ਉਹਨਾਂ ਦੀ ਮਦਰ ਸੀਗੇ ਉਹਨਾਂ ਨੂੰ ਉੱਥੋਂ ਸ਼ਿਫਟ ਕਰ ਦਿੱਤਾ ਤੇ ਲੇਕਿਨ ਉਹ 'ਚ ਬਾਅਦ 'ਚ ਪਤਾ ਮੈਨੂੰ ਲੱਗਾ ਕਿ ਉਹਨਾਂ ਨੂੰ ਮਤਲਬ ਕਿ ਇਹਨਾਂ ਨੇ ਮਾਰ ਹੀ ਦਿੱਤਾ ਹਨਾ ਤੇ ਪਰ ਲੇਕਿਨ ਸਾਡੇ ਕੋਲ ਉਸ ਲਈ ਉੱਦਾਂ ਹੀ ਸ਼ਿਫਟ ਕੀਤੀਆਂ ਹੈਗੀਆਂ ਜੀ ਜੀ। ਹੋਰ ਤੋਂ ਬਾਅਦ ਅਸੀਂ ਜਿਵੇਂ ਤਿੰਨੋਂ ਇਕੱਠੇ ਸੀ ਤਿੰਨਾਂ ਦੇ ਕੋਲ ਸਾਡੇ ਕੋਲ ਬੱਚੇ ਸੀਗੇ ਮੇਰੇ ਕੋਲ ਜਿੱਦਾਂ ਮੇਰੇ ਕੋਲ ਮੇਰਾ ਵੱਡਾ ਬੇਟਾ ਰਣਵੀਰ ਸਿੰਘ ਸੀਗਾ ਉਹਨਾਂ ਦੇ ਕੋਲ ਸੁਰਿੰਦਰ ਦੇ ਕੋਲ ਮੋਨੂ ਸੀਗਾ ਐਵੇਂ
ਤੇ ਇਸ ਤਰ੍ਹਾਂ ਹੀ ਹਰਜੀਤ ਦੇ ਕੋਲ ਲੜਕੀ ਸੀਗੀ ਰੂਪੀ ਜੀ। ਅਸੀਂ ਤਿੰਨੋ ਹੀ ਮਤਲਬ ਕਿ ਸਾਨੂੰ ਪਤਾ ਤਾਂ ਸੀਗਾ ਵੀ ਇਹਨਾਂ ਨੇ ਸਾਨੂੰ ਵੀ ਨਹੀਂ ਛੱਡਣਾ ਹੈਗਾ। ਅਸੀਂ ਜਦ ਆਪਸ ਵਿੱਚ ਹੀ ਪਲਾਨ ਕਰਦੇ ਹੁੰਦੇ ਸੀ ਵੀ ਜਿਹੜੀ ਵੀ ਪਹਿਲਾਂ ਜਿਹੜਾ ਵੀ ਬੱਚਿਆ ਨਾ ਕੋਈ ਵਿੱਚੋਂ ਵੀ ਉਹ ਆਪਣੇ ਆਪਣੇ ਤਿੰਨਾਂ ਦੇ ਸਾਡੇ ਆਪਣੇ ਬੱਚੇ ਸਾਂਭੇਗਾ। ਮੈਂ ਕਿ ਏਦਾਂ ਪਲਾਨਿੰਗ ਕਰਦਿਆਂ ਕਰਦਿਆਂ ਇੱਕ ਦਿਨ ਅਚਾਨਕ ਉਹਨਾਂ ਨੇ ਮਤਲਬ ਹਰ ਰੋਜ਼ ਆਪਾਂ ਬਾਰੀ ਉਡੀਕਦੇ ਸੀ ਵੀ ਅੱਜ ਸਾਨੂੰ ਕੱਢਣਗੇ ਅੱਜ ਉਹਨੂੰ ਕੱਢਣਗੇ ਹਨਾ। ਇਹਨਾਂ ਨੇ ਸੁਰਿੰਦਰ ਕੌਰ ਨੂੰ ਆਵਾਜ਼ ਮਾਰ ਲਈ ਬਾਹਰ ਮੇਰੇ ਸਾਹਮਣੇ ਮਤ ਉਹਦੇ ਅੱਖਾਂ ਦੇ ਸਾਹਮਣੇ ਮਤ ਉਹਨੂੰ ਟੋਰਚਰ ਕਰਕੇ ਉਹਨੂੰ ਬਹੁਤ ਮਤਲਬ ਕਿ ਬੈਡਲੀ ਮੈਂ ਕਿ ਈਵਨ ਕਿ ਪ੍ਰਾਈਵੇਟ ਪਾਰਟਸ ਤੋਂ ਫੜ ਫੜ ਕੇ ਮੈਂ ਬਹੁਤ ਜ਼ਿਆਦਾ ਅੱਖਾਂ ਦੇ ਸਾਹਮਣੇ ਟੋਰਚਰ ਕੀਤਾ ਵੀ ਮਤਲਬ ਕਿ ਬੰਦਾ ਆਪ ਵੀ ਉਸ ਚੀਜ਼ ਨੂੰ ਐਂ ਦਾ ਹੋ ਜਾਂਦਾ ਵੀ ਇਹਦੇ ਨਾਲ ਮੌਤ ਚੰਗੀ ਆ ਵੀ ਜਿੱਦਾਂ ਦਾ ਉਹਦੇ ਹਾਲਾਤ ਇਹਨਾਂ ਨੇ ਕੀਤੇ। ਉਸ ਤੋਂ ਵਾਦਾ ਉਹਨੂੰ ਇਹ ਹਰੀ ਕੇ ਪੱਤਣ ਲੈ ਗਏ ਉਹਨੂੰ ਪੱਥਰ ਬੰਨ ਕੇ ਜਿੱਦਾਂ ਵੀ ਵਿੱਚੋਂ ਇੱਕ ਫਿਰ ਇਹਨਾਂ ਦੇ ਬੰਦੇ ਨੇ ਮਤਲਬ ਕਿ ਚਲੋ ਚੰਗੇ ਵੀ ਹੁੰਦੇ ਆ ਦੱਸਿਆ ਤੇ ਉਹਨੂੰ ਤਾਂ ਇਹਨਾਂ ਨੇ ਰੋੜ ਦਿੱਤਾ ਮੋਨੂੰ ਮੇਰੇ ਕੋਲ ਸੀਗਾ ਤੇ ਉਹਨੂੰ ਮੋਨੂ ਨੂੰ ਲੈ ਕੇ ਗਏ ਉਹਦੇ ਨਾਨਕਿਆਂ ਦੇ ਘਰ ਨਾਨਕਿਆਂ ਨੇ ਵੀ ਜਵਾਬ ਦਿੱਤਾ ਦਾਦਕਿਆਂ ਦੇ ਘਰ ਲੈ ਕੇ ਗਏ ਦਾਦਕਿਆਂ ਨੇ ਜਵਾਬ ਦਿੱਤਾ ਅਸੀਂ ਬੱਚਾ ਨਹੀਂ ਰੱਖਣਾ। ਮਤਲਬ ਕਿ ਇਹ ਹਾਲਾਤ ਬਣਾਉਂਦੇ ਸੀ ਵੀ ਲੋਕ ਇੰਨੀ ਦਹਿਸ਼ਤ ਸੀ ਵੀ ਜੇ ਅਸੀਂ ਇਹਨਾਂ ਨਾਲ ਲਿੰਕ ਸ਼ੋ ਕੀਤੇ ਹੈ ਤਾਂ ਉਹਨਾਂ ਦਾ ਦੋਤਾ ਮਤਲਬ ਕਿ ਪੋਤਰਾ ਹੀ ਸੀ ਲੇਕਿਨ ਉਹ ਇਹ ਗੱਲ ਤੋਂ ਕਿ ਹਾਂ ਸਾਡਾ ਕੋਈ ਲਿੰਕ ਨਹੀਂ ਤਾਂ ਉਹ ਲੇਡੀ ਦਾ ਕਸੂਰ ਵੀ ਕੋਈ ਨਹੀਂ ਸੀ। ਜੀ ਜੀ ਉਸ ਲੇਡੀ ਦਾ ਕਸੂਰ ਇਹ ਸੀ ਕੋਈ ਸੀ ਆਰ ਪੀ ਐਫ ਦੀ ਜੀਪ ਉੜੀ ਸੀਗੀ ਤਾਂ ਉਹਨੂੰ ਇਹ ਉੱਤੇ ਬਲੇਮ ਕਰਦੇ ਸੀ ਕਿ ਉਹ ਤੁਹਾਡੇ ਘਰੋਂ ਸਿੰਘ ਚੱਲੇ ਸੀਗੇ ਤੇ ਤੁਸੀਂ ਉਹਨਾਂ ਉਹ ਸਮਾਨ ਲੈ ਕੇ ਤੁਹਾਡੇ ਘਰ ਰਹੇ ਸੀਗੇ। ਮੈਂ ਕਿਹਾ ਆ ਉਹਦੇ ਕਸੂਰ ਦੇ ਵਿੱਚ ਪਹਿਲਾਂ ਉਹਦੇ ਘਰ ਵਾਲਾ ਸੀਗਾ ਬੈਂਕ ਦਾ ਪ੍ਰਾਈਵੇਟ ਦਾ ਇੱਕ ਕਿਸੇ ਦਾ ਗਾਰਡ ਲੱਗਾ ਹੋਇਆ ਸੀਗਾ ਅੰਮ੍ਰਿਤਸਰ ਉਹਨੂੰ ਚਾਰ ਬੰਦਿਆਂ ਦੇ ਨਾਲ ਮਤਲਬ ਕਿ ਇਹਨਾਂ ਨੇ ਫੇਕ ਐਨਕਾਊਂਟਰ ਦੇ ਵਿੱਚ ਉਹਨੂੰ ਮਾਰਿਆ ਤੇ ਅਗਲੇ ਦਿਨ ਅਖਬਾਰਾਂ 'ਚ ਖਬਰ ਆ ਗਈ ਜੀ ਏਦਾਂ ਏਦਾਂ ਮੁਕਾਬਲੇ ਦੇ ਵਿੱਚ ਸਿੰਘ ਸ਼ਹੀਦ ਹੋ ਗਏ ਆ ਇਹਨਾਂ ਦੇ ਮਿਲੇ ਵੀ ਅੱਤਵਾਦੀ ਮਾਰੇ ਗਏ ਲੇਕਿਨ ਉੱਥੋਂ ਹੀ ਲੈ ਕੇ ਗਏ ਸਭ ਸਾਡੇ ਸਾਹਮਣੇ ਕੱਢ ਕੇ ਉਹਨੂੰ ਬੰਦੇ ਨੂੰ ਫਿਰ ਉਹਦੀ ਜਨਾਨੀ ਨੂੰ ਏਦਾਂ ਸਾਡੇ ਸਾਹਮਣੇ ਹੀ ਲੈ ਕੇ ਗਏ ਫਿਰ ਉੱਥੇ ਇੱਕ ਗੁਰਦੀਪ ਗੁਰਪ੍ਰੀਤ ਕੌਰ ਸੀ ਸ਼ਫੀਪੁਰ ਉਹ ਵੀ ਸਾਡੇ ਉੱਥੋਂ ਹੀ ਬੈਰਕ ਚੋਂ ਲੈ ਕੇ ਗਏ ਮਤਲਬ ਏਦਾਂ ਸਾਡੇ ਸਾਹਮਣੇ ਹੀ ਏਦਾਂ ਮਤਲਬ ਮੈਂ 40 ਲੋਕਾਂ ਦੀ ਆਈ ਵਿਟਨੈਸਾਂ ਜਿਹੜੇ ਮੇਰੇ ਸਾਹਮਣੇ ਮਤਲਬ ਕਿ ਇਹਨਾਂ ਨੇ ਮੇਰੇ ਸਾਡੇ ਸੈੱਲਾਂ ਚੋਂ ਕੱਢ ਕੇ ਮਾਰੇ ਹੈਗੇ ਮਤਲਬ ਲੋਕ ਇੰਨਾ ਡਰ ਗਏ। ਮੈਂ ਕਹਿ ਰਹੀ ਹਾਂ ਕਿ ਮੈਂ ਤੁਹਾਡਾ ਬੱਚਾ ਦੇਖਿਆ ਲੇਕਿਨ ਲੋਕਾਂ ਦੀ ਜ਼ਮੀਰ ਲੋਕਾਂ ਦੇ ਵਿੱਚ ਇੰਨੀ ਦਹਿਸ਼ਤ ਇਹਨਾਂ ਦੀ ਉਹ ਇਹ ਚੀਜ਼ ਨੂੰ ਉੱਠ ਕੇ ਕੋਰਟ 'ਚ ਕੇਸ ਨਹੀਂ ਕਰ ਸਕਦੇ ਕਿ ਹਾਂ ਵੀ ਮਤਲਬ ਕਿ ਸਾਡਾ ਬੱਚਾ ਉਹਨਾਂ ਦੇ ਸਾਹਮਣੇ ਮਾਰਿਆ। ਇੰਨੀ ਦਹਿਸ਼ਤ ਤੁਸੀਂ ਇਸ ਗੱਲ ਦਾ ਇਮੇਜਿਨ ਕਰਕੇ ਦੇਖੋਗੇ ਕਿ ਆਪਣਿਆਂ ਨੂੰ ਆਪਣਿਆਂ ਤੋਂ ਲੈਣ ਤੋਂ ਪਛਾ ਵੀ ਮਤਲਬ ਕਿ ਉਹ ਮਨਾ ਕਰ ਰਹੇ ਹੈਗੇ। ਉਹ ਬੱਚਾ ਉਸ ਟਾਈਮ 6 ਸਾਲ ਦਾ ਸੀਗਾ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਤਾਂ ਜਿੱਦਾਂ ਆਇਆ ਵੀ ਜਿਹੜਾ ਵੀ ਸਾਡੇ ਚੋਂ ਬਚੂਗਾ ਚਲੋ ਪਰਮਾਤਮਾ ਨੇ ਜਿੱਦਾਂ ਦੇ ਹਾਲਾਤ ਚੋਂ ਕੱਢਿਆ ਮਤਲਬ ਸਾਰਿਆਂ ਨੂੰ ਪਤਾ ਵੀ ਉੱਥੋਂ ਕੋਈ ਬਚ ਕੇ ਨਹੀਂ ਆਇਆ ਮੈਨੂੰ ਨੀ ਪਤਾ ਉਸ ਦੀ ਕੀ ਮਿਹਰ ਹੋਏਗੀ ਕੀ ਉਹਨੂੰ ਸੇਵਾ ਲੈਣੀ ਹੋਏਗੀ। ਅਸੀਂ ਉੱਥੋਂ ਜਿੱਦਾਂ ਮਤਲਬ ਕਿ ਜੋ ਹਾਲਾਤ ਸਟੈਪ ਬਾਏ ਸਟੈਪ ਹੋਏ ਮਤਲਬ ਕਿ ਉਹਦੇ ਵਿੱਚ ਇਹਨਾਂ ਦੀ ਪ੍ਰੈਸ ਕਾਨਫਰੰਸ ਹੋਈ ਗਿਲ ਦੇ ਨਾਲ ਉਸ ਟਾਈਮ ਵੀ ਸਾਡੇ ਇਹਨਾਂ ਨੂੰ ਇਹੀ ਕਹਿਤਾ ਕਿ ਤੇਰੇ ਮਤਲਬ ਕਿ ਜਰਾਨੀ ਦਾ ਬੱਚਾ ਨਹੀਂ ਅਸੀਂ ਛੱਡਣੇ ਹੈਗੇ ਤੇ ਵੀ ਜੇ ਤੂੰ ਕੋਈ ਵੀ ਇਹੋ ਜਿਹਾ ਕੰਮ ਕੀਤਾ ਚਲੋ ਪਤਾ ਨਹੀਂ ਉੱਥੇ ਹਾਲਾਤ ਕਿੱਦਾਂ ਦੇ ਹੋਏ ਚਲੋ ਅਸੀਂ ਬਚ ਗਏ ਲੇਕਿਨ ਕਿਉਂਕਿ ਸਾਡੇ ਕੋਲ ਇਨ ਬਿਟਵੀਨ ਟਾਈਮ ਦੀਆਂ ਕੁਝ ਕਦੇ ਕੋਈ ਨਿਊਜ਼ ਵੀ ਨਹੀਂ ਸੀ ਜ਼ਿਆਦਾ ਹੁੰਦੀ ਕੋਈ ਅਖਬਾਰ ਅਖੂਰਾ ਪੜ੍ਹਨ ਦਾ ਸਾਨੂੰ ਮੌਕਾ ਨਹੀਂ ਸੀ ਮਿਲਦਾ ਕੁਛ ਟਾਈਮ ਤਾਂ ਸਾਨੂੰ ਦਿੱਤੀਆਂ ਹੀ ਨਹੀਂ ਜਾਂਦੀਆਂ ਸੀ ਹਨਾ ਦੇ ਟਾਈਮ ਵੀ ਅਸੀਂ ਕੁਛ ਵੀ ਜ਼ਿਆਦਾ ਏਦਾਂ ਮੂਵਮੈਂਟ ਨਾਲ ਸਿੱਧਾ ਡਾਇਰੈਕਟ ਆਲੇ ਦੁਆਲੇ ਨਾਲ ਨਹੀਂ ਜ਼ਿਆਦਾ ਮੀਡੀਆ ਨਾਲ ਨਹੀਂ ਸੀ ਜੁੜੇ ਹੋਏ ਕੀ ਸਾਡੇ ਵਿਰੋਧ ਜ਼ਿਆਦਾ ਇਹਨਾਂ ਨੇ ਪ੍ਰਚਾਰ ਕੀਤਾ ਜਾ ਰਿਹਾ ਹੈਗਾ ਜਾਂ ਕੀ ਹੋ ਰਿਹਾ ਹੈਗਾ ਉਹਦੇ ਵਿੱਚ ਜਿੱਦਾਂ ਅਸੀਂ ਆਪਣੇ ਵੀ ਹਾਲਾਤ ਬਾਅਦ 'ਚ ਪਤਾ ਲੱਗਾ ਸਾਨੂੰ ਵੀ ਅਸੀਂ ਕਿੱਦਾਂ ਕਿੱਦਾਂ ਬਚੇ ਹਾਂ ਵੀ ਸਾਨੂੰ ਮੀਡੀਆ ਜਿੱਦਾਂ ਉੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਇੰਟਰਨੈਸ਼ਨਲ ਪ੍ਰੈਸ ਸੀ ਉਹਨਾਂ ਨੇ ਮਤਲਬ ਕਿ ਕੁਐਸਚਨ 'ਤੇ ਜਿੱਦਾਂ ਇਹਨਾਂ ਨੇ ਇੰਨਾ ਦੱਸਤਾ ਕਿ ਮੇਰੀ ਜਨਾਨੀ ਦਾ ਬੱਚਾ ਇਹਨਾਂ ਦੇ ਕੋਲ ਆ ਮਤਲਬ ਉਸ ਪ੍ਰੈਸ਼ਰ 'ਤੇ ਫਿਰ ਜੋ ਵਕੀਲਾਂ ਨੇ ਸਾਥ ਦਿੱਤਾ ਉਸ ਟਾਈਮ ਮਤਲਬ ਅਸੀਂ ਤਾਂ ਚਲੋ ਅੰਦਰ ਸੀ ਸਾਨੂੰ ਤਾਂ ਕੁਛ ਵੀ ਆਪਣੇ ਬਾਰੇ ਪਤਾ ਹੀ ਨਹੀਂ ਸੀ ਵੀ ਸਾਡਾ ਕੌਣ ਕੌਣ ਕੀ ਕਰ ਰਿਹਾ ਲੇਕਿਨ ਕੋਰਟ 'ਚੋਂ ਵੀ ਫਿਰ ਮਤਲਬ ਕਿ ਥੋੜ੍ਹੀ ਬਹੁਤੀ ਜਿੱਦਾਂ ਮਤਲਬ ਕਿ ਰਿਲੀਫ ਮਿਲੀ ਜੀ ਤੇ ਉਹ ਫਿਰ ਮੈਂ ਬਾਹਰ ਆਈ ਮਤਲਬ ਹਿਊਮਨ ਰਾਈਟਸ ਨੂੰ ਮੈਂ ਡਾਇਰੈਕਟ ਲੈਟਰ ਲਿਖੀ ਰੰਗਾਨਾਥ ਮਿਸ਼ਰਾ ਨੂੰ ਉਹਨਾਂ ਨੇ ਕੋਰਟ ਨੂੰ ਡਾਇਰੈਕਸ਼ਨ ਦਿੱਤੀਆਂ ਕਿ ਇਹਦੇ ਉੱਤੇ ਟਾੜਾ ਨਹੀਂ ਬਣਦਾ ਹੈਗਾ ਇਹਨੂੰ ਛੱਡਿਆ ਜਾਵੇ ਜਿੱਦਾਂ ਹੁਣ ਮੇਰਾ ਬੇਟਾ ਸੀ ਉਸ ਟਾਈਮ ਮਤਲਬ 3.5 ਸਾਲ ਦਾ ਸੀ ਇਹਨਾਂ ਨੇ ਉੱਤੇ ਟਾੜਾ ਲਾਇਆ ਹੋਇਆ ਸੀ ਇਹਨਾਂ ਦੀਆਂ ਇਹੋ ਜਿਹੇ ਇਹ ਅਕਲ ਦੇ ਮਾਲਕ ਹੈਗੇ ਆ ਨਾ ਵੀ ਕਿੱਡੇ ਬੱਚੇ ਤੇ ਕੀ ਟਾੜਾ ਲੱਗ ਸਕਦਾ ਕੀ ਨਹੀਂ ਲੱਗ ਸਕਦਾ ਉਹ ਟਾੜਾ ਦੇ ਅਧੀਨ ਅੰਦਰ ਜੇਲ੍ਹ 'ਚ ਬੰਦ ਰਿਹਾ ਜੀ। ਉਸ ਤੋਂ ਬਾਅਦ ਅਸੀਂ ਬਾਹਰ ਆਏ ਫਿਰ ਮਤਲਬ ਕਿ ਉਹ ਮੋਨੂ ਵਾਲਾ ਜਿਹੜੀ ਸੀ ਗੱਲ ਯਾਦ ਸੀਗੀ ਵੀ ਮੈਨੂੰ ਵੀ ਮਤਲਬ ਅਸੀਂ ਆਪਸ ਵਿੱਚ ਹੀ ਪ੍ਰੋਮਿਸ ਕੀਤਾ ਹੋਇਆ ਆ
ਫਿਰ ਮੈਂ ਜਿੱਦਾਂ ਜੇਲ੍ਹ ਤੋਂ ਨਿਕਲੀ ਪਹਿਲੀ ਵਾਰੀ ਮੈਂ ਫਿਰ ਤਰਨ ਤਰਨ ਹੀ ਗਈ। ਉੱਥੇ ਜਾ ਕੇ ਲੋਕਾਂ ਤੋਂ ਪੁੱਛਿਆ ਪਾਛਿਆ, ਜਿਹੜੇ ਮੈਨੂੰ ਕੁਛ ਉਹਨਾਂ ਦੇ ਰਿਸ਼ਤੇਦਾਰ ਪਤਾ ਸੀ। ਫਿਰ ਉਸ ਟਾਈਮ ਮਤਲਬ ਲੇਕਿਨ ਉਹਦਾ ਬੇਟੇ ਦਾ ਤਾਇਆ ਮਤਲਬ ਕਿ ਉਹਨੂੰ ਉਹਦੇ ਬੱਚਾ ਨਹੀਂ ਸੀ, ਉਹ ਲੈ ਚੁੱਕਾ ਸੀਗਾ, ਮਤਲਬ ਉਹਦੇ ਬੱਚੇ ਦੀ ਠੀਕ ਫਲਵਸ਼ ਹੋ ਰਹੀ ਸੀ। ਫਿਰ ਮੈਂ ਉਹਨੂੰ ਦੱਸਿਆ, ਮੈਂ ਇੱਦਾਂ ਵੀ ਮੇਰਾ ਸੁਰਿੰਦਰ ਕੌਰ ਨਾਲ ਪ੍ਰੋਮਿਸ ਸੀਗਾ ਮੈਂ ਵੀ ਇਹ ਬੇਟਾ ਲੈਣਾ ਚਾਹੁੰਦੀ, ਮੈਂ ਹੁਣ ਜੇਲ੍ਹ ਤੋਂ ਬਾਹਰ ਆ ਗਈ ਹਾਂ। ਫਿਰ ਉਹਨੂੰ ਦੱਸਿਆ, ਕਹਿੰਦੇ ਭੈਣ ਜੀ ਹੁਣ ਕੋਈ ਨੀ, ਟੈਨਸ਼ਨ ਵਾਲੀ ਗੱਲ ਹੈਗੀ, ਮੁੰਡਾ ਅਸੀਂ ਕਾਗਜ਼ੀ ਕਾਰਵਾਈ ਦੇ ਵਿੱਚ ਲੈ ਲਿਆ, ਤੇ ਉਹ ਤਾਂ ਦੋਨੋਂ ਤੁਹਾਨੂੰ ਪਤਾ ਹੀ ਆ ਵੀ ਰਹੇ ਨੀ ਹੈਗੇ, ਤੇ ਵੀ ਮੈਂ ਬੇਟੇ ਨੂੰ ਪਾਲ ਸਕਦਾ, ਮੇਰੀ ਕੋਲ ਇੰਨੇ ਹਾਲਾਤ ਮੇਰੇ ਹੈਗੇ ਆ, ਮੈਂ ਪਾਲ ਸਕਦਾ। ਉਹ ਤੋਂ ਬਾਅਦ ਫਿਰ ਮਤਲਬ ਦੂਸਰੇ ਜਿਹੜੇ ਸਿੰਘ ਸ਼ਹੀਦ ਹੋਏ ਆ ਉਹਨਾਂ ਦੇ ਬੱਚੇ ਲੈ ਕੇ ਇਹ ਕੰਮ ਸਟਾਰਟ ਕੀਤਾ। ਤੇ ਇਹ ਮੈਂ 96 ਤੋਂ ਮਤਲਬ ਕਿ ਅਸੀਂ 25 ਕੁ ਜਣੇ ਇਕੱਠੇ ਹੋ ਗਏ ਸੀ, 97 ਦੀ ਮਾਰਚ ਤੋਂ ਮਤਲਬ ਬੱਚੇ ਸਕੂਲ ਪਾਉਣੇ ਮੈਂ ਸ਼ੁਰੂ ਕਰ ਦਿੱਤੇ ਸੀਗੇ। ਮਤਲਬ 96 ਜੁਲਾਈ ਚ ਤੇ ਮੈਂ ਬਾਹਰ ਆਈ। ਉਸ ਤੋਂ ਬਾਅਦ ਫਿਰ ਮੈਂ ਮਤਲਬ ਕਿ ਇਹਨਾਂ ਜਿੰਨੇ ਕੁ ਪਰਿਵਾਰਾਂ ਨੂੰ ਮੈਂ ਜਾਣਦੀ ਸੀ ਜਿਹੜੇ ਸਾਡੇ ਨਾਲ ਸਿੰਘ ਰਹੇ ਸੀਗੇ, ਉਹਨਾਂ ਦੇ ਘਰਾਂ ਦੇ ਵਿੱਚ ਜਿੱਦਾਂ ਵੀ ਦੱਸਿਆ ਵੀ ਮੈਂ ਕਿਹਾ ਮੈਂ ਇਹ ਕੰਮ ਕਰਾਂਗੀ। ਫਿਰ ਉਹਨਾਂ ਲੋਕਾਂ ਨੇ ਮਤਲਬ ਬੱਚੇ ਮੈਨੂੰ ਦਿੱਤੇ। ਇਹ ਤਕਰੀਬਨ 135 ਲੜਕੀਆਂ ਵੀ ਮਤਲਬ ਇੱਕ ਟਾਈਮ ਮਤਲਬ ਮੇਰੇ ਤੋਂ ਰਹੀਆਂ ਹੋਣ, ਮਤਲਬ ਕਾਫੀ ਬੱਚਿਆਂ ਨੂੰ ਵਧੀਆ, ਚਲੋ ਛੋਟੇ ਸੀਗੇ ਬੱਚੇ, ਬਹੁਤ ਵਧੀਆ ਉਹਨਾਂ ਨੂੰ ਐਜੂਕੇਸ਼ਨ ਦਾ ਮਾਹੌਲ ਮਿਲ ਗਿਆ। ਨਹੀਂ ਤਾਂ ਉਹ ਪਹਿਲਾਂ ਬੱਚਿਆਂ ਨੂੰ ਕਦੇ ਕਿਸੇ ਨੂੰ ਘਰ ਨਹੀਂ ਸੀ ਰੱਖਿਆ ਜਾਂਦਾ, ਉਹ ਸਾਰੇ ਬੱਚਿਆਂ ਨੂੰ ਆਪਣੀਆਂ ਲੈ ਕੇ ਬੀਬੀਆਂ, ਕਦੇ ਕਿਸੇ ਕੋਲ ਕਦੇ ਕਿਸੇ ਕੋਲ, ਮਤਲਬ ਕਿ ਕੋਈ ਵੀ ਝੱਲਦਾ ਹੀ ਨਹੀਂ ਸੀਗਾ, ਨਾ ਕੋਈ ਆਪਣੇ ਫੈਮਲੀਆਂ ਝੱਲਦੀਆਂ ਸੀ, ਲੋਕ ਵੀ ਡਰਦੇ ਸੀਗੇ, ਮਤਲਬ ਕਿ ਕਿਉਂਕਿ ਪੁਲਿਸ ਦਾ ਬਹੁਤ ਜ਼ਿਆਦਾ ਦਹਿਸ਼ਤ ਹੋ ਗਈ ਸੀ ਅਤੇ ਇਹਨਾਂ ਨੇ ਉਹ ਪਰਿਵਾਰ ਛੱਡਣੇ ਨਹੀਂ ਹੈਗੇ। ਪਹਿਲਾਂ ਤਾਂ ਬਹੁਤ ਜ਼ਿਆਦਾ ਮੁਸ਼ਕਲ ਆਈਆਂ ਸੀ, ਅਸੀਂ ਇਹ ਨਹੀਂ ਸੀ ਦੱਸਦੇ ਵੀ ਇਹ ਕਿਹੜੇ ਸਿੰਘ ਦਾ ਬੱਚਾ ਆ। ਤੇ ਮੈਨੂੰ ਵੀ ਇੱਥੇ ਜਿੱਦਾਂ ਥਾਣੇ ਆ ਕੇ ਕਰਦੇ ਸੀ, ਰਾਤ ਨੂੰ ਇੱਕ ਵਾਰੀ ਆ ਗਿਆ, ਫਿਰ ਮਤਲਬ ਉਹਦੇ ਨਾਲ ਕਾਫੀ ਜ਼ਿਆਦਾ DSP ਨਾਲ ਝੜਪ ਹੋਈ, ਉਹ ਪੀ ਕੇ ਰਾਤ ਨੂੰ ਇੱਕ ਵਾਰੀ ਆ ਗਿਆ ਕਿ ਤੁਹਾਡੇ ਕੋਲ ਸਿੰਘ ਆਉਂਦੇ ਆ। ਮੈਂ ਉਹਨੂੰ ਇੱਕੋ ਕਿਹਾ, ਮੈਂ ਕਿਹਾ ਜਾਂ ਫਿਰ ਤੂੰ ਸਿੰਘ ਅੰਦਰੋਂ ਕੱਢੇਗਾ ਤਾਂ ਜਾਂ ਤੈਨੂੰ ਨੀ ਮੈਂ ਜਿੰਦਾ ਅੰਦਰੋਂ ਨਿਕਲਣ ਦੇਣਾ। ਮੈਂ ਕਿਹਾ ਜੇ ਤੂੰ ਗਲਤ, ਮੈਂ ਕਿਹਾ ਉਸ ਟਾਈਮ ਮਤਲਬ ਕਿ ਕਿਉਂਕਿ ਮੈਂ ਬੱਚੇ ਰੱਖ ਲਏ ਸੀ ਬਿਲਕੁਲ, ਮਤਲਬ ਕਿ ਉਹਨਾਂ ਚੀਜ਼ਾਂ ਤੋਂ ਮੈਂ ਪਰੇ ਸੀ ਕਿ ਮੈਂ ਬੱਚੇ ਹੀ ਸਾਂਭਣੇ ਹੈਗੇ ਆ। ਤੇ ਉਹਨਾਂ ਨੇ ਇਸ ਤਰ੍ਹਾਂ ਮੁੜ ਕੇ ਚਲੋ ਫਿਰ ਦਿਨੇ ਬੈਠ ਕੇ SP ਨਾਲ ਗੱਲ ਹੋਈ। ਮੈਂ ਕਿਹਾ ਨਾ ਮੈਂ ਕੋਈ ਵੀ ਕੰਮ, ਮੈਂ ਕਿਹਾ ਜੇ ਮੈਂ ਕੀਤਾ ਨਾ ਕੋਈ, ਮੈਂ ਕਿਹਾ ਮੈਂ ਹੁਣ ਬੱਚਿਆਂ ਦਾ ਕਰ ਰਹੀ ਹਾਂ ਤਾਂ ਮੈਨੂੰ ਕੋਈ ਡਿਸਟਰਬ ਨਾ ਕਰੇ। ਮੈਂ ਕਿਹਾ ਪਹਿਲਾਂ ਤਾਂ ਨਾ ਕੋਈ ਐਡਮਿਸ਼ਨਾਂ ਸਕੂਲਾਂ 'ਚ ਹੁੰਦੀਆਂ ਸੀ, ਡਰਦੇ ਸੀ ਲੋਕ, ਪਰ ਬੱਚਿਆਂ ਨੇ ਪਰਮਾਤਮਾ ਦੀ ਕਿਰਪਾ ਨਾਲ ਮਤਲਬ ਬਹੁਤ ਜ਼ਿਆਦਾ ਆਪਣੀ ਤਾਕਤ ਜਮਾਈ। ਸਾਰਿਆਂ ਨੂੰ ਪਤਾ ਕਿ ਕਿੰਨੇ ਕੁ ਇਹ ਇੰਟੈਲੀਜੈਂਟ ਬੱਚੇ ਨਿਕਲੇ, ਸਾਰੀਆਂ ਚੀਜ਼ਾਂ ਆਪਣੇ ਪੜ੍ਹਾਈ 'ਚੋਂ ਵੀ ਟੌਪ ਕੀਤਾ, ਜੇ ਆਪਣੇ ਧਾਰਮਿਕ ਚੀਜ਼ਾਂ ਸੀ, ਕਵੀਸ਼ਰੀ ਗਤਕਾ ਸੀ, ਢਾਡੀ ਵਾਰਾਂ ਸੀ, ਕੀਰਤਨ ਸੀ, ਆਲੇ ਦੁਆਲੇ ਪੂਰੇ ਮੁਕਾਬਲਿਆਂ ਦੇ ਵਿੱਚ ਇਹ ਜਿੱਤ ਕੇ ਲਿਆਉਂਦੇ ਸੀ ਪ੍ਰਾਈਜ਼। ਮੈਂ ਇਹਨਾਂ ਨੇ ਆਪਣੀ ਆਪ ਦੱਸਿਆ ਕਿ ਹਾਂ ਵੀ ਅਸੀਂ ਇੱਥੋਂ ਦੇ ਸਿਟੀਜ਼ਨ ਆ, ਵਧੀਆ ਗੁੱਡ ਸਿਟੀਜ਼ਨ ਆ। ਮੈਂ ਇਸ ਤਰ੍ਹਾਂ ਮਤਲਬ ਹੁਣ ਸਕੂਲਾਂ ਵਾਲਿਆਂ ਦਾ ਇਹੋ ਜਿਹਾ ਹੁਣ ਮਾਹੌਲ ਦਾ ਨਹੀਂ, ਇੱਦਾਂ ਦਾ ਵੀ ਇਹਨਾਂ ਦੀ ਐਡਮਿਸ਼ਨ ਨਹੀਂ ਹੁੰਦੀ। ਹੁਣ ਸਿਰਫ ਤੇ ਸਿਰਫ ਇਹ ਪ੍ਰੋਬਲਮ ਆ ਕਿ ਕੁਛ ਇੱਕ ਕਨਸੈਸ਼ਨਾਂ ਮਿਲ ਜਾਂਦੀਆਂ ਕਿ ਫਾਦਰ ਦਾ ਡੈਥ ਸਰਟੀਫਿਕੇਟ ਹੋਵੇ। ਮੈਂ ਕਿਹਾ ਕੁਛ ਸਾਡੇ ਕੋਲ ਬੱਚਿਆਂ ਦੇ ਅਜੇ ਤੱਕ ਵੀ ਫਾਦਰ ਦੇ ਡੈਥ ਸਰਟੀਫਿਕੇਟ ਨਹੀਂ ਹੈਗੇ, ਉਹ ਗਵਰਨਮੈਂਟ ਸਾਨੂੰ ਦੇ ਹੀ ਨਹੀਂ ਰਹੀ। ਮੈਂ ਕੋਈ ਛੋ ਹੀ ਨਹੀਂ ਕਰਦੀ ਕਿ ਅਸੀਂ ਬੰਦਾ ਇਹਨਾਂ ਦਾ ਮਾਰੇ। ਜੀ ਜੀ, ਤੇ ਕੁਲਵੀਰ ਕੌਰ ਜੀ, ਕਿਵੇਂ ਤੁਹਾਨੂੰ ਇਵੇਂ ਕਿਵੇਂ ਲੱਗਦਾ ਕਿ ਜਿਹੜੇ ਉਸ ਟਾਈਮ ਦੇ ਅਜੇ ਵੀ ਲੋਕ ਬਹੁਤ ਸਾਰੇ ਜਿਹੜੇ ਜੇਲ੍ਹਾਂ ਦੇ ਵਿੱਚ ਹੈਗੇ ਆ, ਜਾਂ ਲੋਕਾਂ ਨੂੰ ਅੱਜ ਤੱਕ ਇਨਸਾਫ ਮਿਲਿਆ ਜਾਂ ਮਿਲੂਗਾ? ਦੇਖੋ, ਹੁਣ ਤੱਕ ਤਾਂ ਕੁਛ ਵੀ ਇਨਸਾਫ ਵਾਲਾ ਨਹੀਂ ਕਹਿ ਸਕਦੇ, ਜਿਹੜੀ ਇਨਸਾਫ ਆ ਕੁਛ ਇੱਕ ਚੀਜ਼ਾਂ ਦੇ ਕਹਿ ਲਓ, ਇੱਕ ਮਾੜੀ ਜੇ ਮਲਮ ਜਿੱਦਾਂ ਖਾਲੜਾ ਸਾਹਿਬ ਨੇ ਚੱਕੇ ਸੀ, ਤੁਸੀਂ ਇੱਕ ਦੇਖ ਲਓ ਕਿ 2.25 ਲੱਖ ਰੁਪਇਆ ਕੁਛ ਕੀ ਚੀਜ਼ ਹੁੰਦੀ ਆ, ਤੇ ਪਰਿਵਾਰ ਕਿੱਡਾ ਪਿੱਛੇ ਹੋ ਜਾਂਦਾ, ਉਹ ਵੀ ਵਿੱਚੇ ਉਹਦੇ ਮਦਰ ਫਾਦਰ ਸਿੰਘ ਦੇ ਆ ਜਾਂਦੇ, ਵਿੱਚੇ ਉਹਦੀ ਫੈਮਿਲੀ ਆ ਜਾਂਦੀ, ਵਿੱਚੇ ਉਹਦੇ ਬੱਚੇ ਆ ਜਾਂਦੇ ਆ। ਮਤਲਬ ਕੁਛ ਇੱਕ ਫੈਮਿਲੀਆਂ ਨੂੰ, ਅੰਮ੍ਰਿਤਸਰ ਦੀਆਂ ਨੂੰ, ਇਹ ਵੀ ਨਹੀਂ ਕਿ ਹੋਰ ਕਿਸੇ ਇਲਾਕੇ ਨੂੰ ਨਹੀਂ, ਕੁਛ ਇੱਕ ਉਹਨਾਂ ਲੋਕਾਂ ਨੂੰ ਢਾਈ, ਕਿਸੇ ਨੂੰ ਪਹਿਲਾਂ ਚ ਕਿਸ਼ਤ ਇੱਕ ਢਾਈ ਬੰਨੀ ਸੀ, ਇਹਨਾਂ ਨੇ ਮੁੜ ਕੇ 2.25 ਲੱਖ, ਉਹ ਇੱਕ ਰਾਹਤ ਜਿਹੜੀ ਦਿੱਤੀ ਆ ਕਹਿ ਲਓ ਕਿ ਇਹ। ਹੁਣ ਮੈਨੂੰ ਨੀ ਪਤਾ ਵੀ ਉਸ 2.25 ਲੱਖ ਨਾਲ ਕਿੰਨੀ ਕੁ ਜ਼ਿੰਦਗੀ ਲੱਗ ਸਕਦੀ ਆ, ਕਿਹੜੀ ਕੀ ਉਹਦਾ ਬਣ ਸਕਦਾ, ਹੋਰ ਉਹਦੇ ਬੱਚਿਆਂ ਨੂੰ, ਫੈਮਿਲੀ ਨੂੰ, ਕੋਈ ਵਿਡੋ ਪੈਨਸ਼ਨ, ਕੋਈ ਜਿਵੇਂ ਕਹਿ ਲਓ ਕਿ ਜਿਵੇਂ 84 ਰਾਇਸ ਤੇ ਜਾਂ ਇੱਦਾਂ, ਜਾਂ ਇਹ ਜੋ ਕਿ ਇਹਨਾਂ ਦੀ ਕੋਈ ਫੌਜ ਦਾ ਮਰਦਾ, ਉਹਦੇ ਬੱਚੇ ਲਈ ਕੋਈ ਰਿਜ਼ਰਵ ਸੀਟ ਹੁੰਦੀ, ਐਵੇਂ ਦਾ ਕੁਛ ਨੀ ਇਹਨਾਂ ਨੇ ਮਤਲਬ ਸਰਕਾਰ ਨੇ ਇਹਨਾਂ ਬੱਚਿਆਂ ਵਾਸਤੇ ਕੀਤਾ ਆ। ਤੇ ਜੀ, ਮੇਰਾ ਆਖਰੀ ਹੋਊਗਾ ਕਿ ਤੁਸੀਂ ਕੀ ਸਮਝਦੇ ਆ ਕਿ ਜਿਹੜਾ ਸਿੱਖਾਂ ਦੇ ਨਾਲ ਆ ਉਹ ਜਿੱਦਾਂ ਇੰਡੀਆ ਦੇ ਉਹ ਸਿਟੀਜ਼ਨ ਆ, ਇਹੋ ਜਿਹਾ ਵਿਹਾਰ ਨਹੀਂ ਹੁੰਦਾ, ਤੇ ਜਿੱਦਾਂ ਉਹਨਾਂ ਦੇ ਨਾਲ
ਦੂਜੇ ਦਰਜੇ ਦੇ ਸ਼ਹਿਰੀ ਵਾਲਾ ਵਿਹਾਰ ਹੁੰਦਾ, ਉਹਨਾਂ ਨੂੰ ਉਹ ਉਹਨਾਂ ਦੀਆਂ ਮੰਗਾਂ ਆ ਜਿਹੜੀਆਂ ਉਹ ਨਹੀਂ ਮੰਨੀਆਂ ਜਾਂਦੀਆਂ। ਦੁਖੀ ਇਸ ਗੱਲ ਦਾ ਹੈ ਜੀ, ਦੇਖੋ ਕਿ ਜੇ ਆਪਣੇ ਜਿਵੇਂ ਹੁਣ ਕੋਈ ਵੀ ਕੰਟਰੀ ਆ, ਤੁਸੀਂ ਆਪਣੇ ਬਾਹਰ ਦੇ, ਤੁਹਾਡੇ ਕੋਲ ਖੁਦ ਐਗਜ਼ਾਮਪਲ ਨੇ ਕਿ ਇੱਕ ਉਹਨਾਂ ਦਾ ਕਿਸੇ ਵੀ ਨਾਗਰਿਕ ਨੂੰ ਕੀ ਹੁੰਦਾ ਤੇ ਉਹ ਕਿੱਦਾਂ ਦਾ ਪਿੱਛੇ ਖੜੋਂਦੇ ਆ। ਲੇਕਿਨ ਸਾਡਿਆਂ ਨੇ ਤਾਂ ਸਾਡੇ ਨਾਲ ਆਪ ਕੀਤਾ, ਜੇ ਸਾਡੇ ਨਾਲ ਮੁਸਲਮਾਨਾਂ ਨੇ ਕੀਤਾ ਸੀ, ਸਾਡੇ ਗੁਰੂ ਸਾਹਿਬ ਦੀਆਂ ਸ਼ਹੀਦੀਆਂ ਪਈਆਂ, ਬੱਚਿਆਂ ਦੀਆਂ ਸ਼ਹੀਦਾਂ ਪਈ ਹੋਈਆਂ, ਉਹ ਸਾਨੂੰ ਪਤਾ। ਉਹਨਾਂ ਨੂੰ ਸਿੱਧੇ ਰਾਮ ਚੌਰਾਹਿਆਂ ਦੇ ਵਿੱਚ ਕੀਤਾ ਗਿਆ, ਲੋਕਾਂ ਨੇ ਵੀ ਦੇਖਿਆ, ਪਬਲਿਕ ਨੇ ਵੀ ਦੇਖਿਆ। ਜੇ ਕੋਈ ਉੱਠ ਸਕਦਾ ਸੀ ਉੱਠਿਆ, ਨਹੀਂ ਉੱਠ ਸਕਦਾ ਸੀ ਚਲੋ ਉਹਦੇ ਦਿਲ ਦੀ ਕਮਜ਼ੋਰੀ। ਪਰ ਲੇਕਿਨ ਇੱਥੇ ਦਾ ਜੋ ਚਾਰ ਦਵਾਰੀ ਦੇ ਵਿੱਚ ਕੀਤਾ ਲੇਡੀਜ਼ ਨਾਲ, ਬੱਚਿਆਂ ਨਾਲ, ਆਪਣੇ ਬਜ਼ੁਰਗਾਂ ਨਾਲ, ਸਿੰਘਾਂ ਨਾਲ, ਉਹਦੀ ਕੋਈ ਮਤਲਬ ਕਿ ਦਾਸਤਾਨ ਲਿਖ ਹੀ ਨਹੀਂ ਸਕਦਾ ਹੈਗਾ, ਕਿਉਂਕਿ ਇਹਨਾਂ ਨੇ ਉਹਨਾਂ ਨੂੰ ਜੋ ਇਸ ਤਰ੍ਹਾਂ ਟੋਰਚਰ ਕੀਤਾ। ਮੈਂ ਤਾਂ ਸਿਰਫ ਜਿਹੜੇ ਥਾਣੇ 'ਚ ਮੈਂ ਰਹੀ, ਮੈਂ ਆਪਣੇ ਉਸੇ ਚੀਜ਼ 'ਚ ਜਾ ਸਕਦੀ ਹਾਂ। ਇੱਕ ਸਿੰਘ ਸੀਗਾ ਮਨਜੀਤ ਸਿੰਘ, ਉਹ ਮਤਲਬ ਕਿ ਕਾਰ ਸੇਵਾ ਦੀ ਕੋਈ ਮਤਲਬ ਕਿ ਦੁੱਧ ਢੋਂਦਾ ਸੀਗਾ, ਤਾਂ ਉਹ ਆਪਣੀ ਮਤਲਬ ਕਿ ਜਿਹੜੀ ਦੁੱਧ ਵਾਲੀ ਡੰਮੀ ਉਹਦੇ ਵਿੱਚ ਕੋਈ ਮਤਲਬ ਕਿ AK-47 ਜਿਹੜੀ ਆ ਉਹ ਕਿਤੇ ਇੱਧਰ ਉੱਧਰ ਕਰ ਦਿੱਤੀ। ਉਸ ਬੰਦੇ ਦਾ ਇੰਨਾ ਫਾਲਟ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹਨੇ ਡੰਮੀ ਦੇ ਵਿੱਚ AK-47 ਜਿਹੜੀ ਆ ਉਹ ਇਸ ਜਗ੍ਹਾ ਤੋਂ ਦੂਜੀ ਜਗ੍ਹਾ ਸ਼ਿਫਟ ਕਰਤੀ ਹੈਗੀ ਆ। ਉਸ ਬੰਦੇ ਨੂੰ ਸਾਡੇ ਸਾਹਮਣੇ ਸਿਰਫ ਕੀ ਗੱਲ ਕਹਿ ਰਹੇ ਸੀ ਕਿ ਤੂੰ ਹਾਏ ਕਹੇਗਾ ਉਹਨੂੰ। ਉਹ ਉਹਨੇ ਮਤਲਬ ਪਤਾ ਨੀ ਹੁਣ ਉਹ ਸਿੰਘ ਨੇ ਅੰਦਰ ਧਾਰ ਲਈ ਕਿ ਮੈਂ ਨੀ ਹਾਏ ਕਹਿਣੀ। ਇਹਨਾਂ ਨੇ ਸਾਡੇ ਸਾਹਮਣੇ ਉਹਨੂੰ ਸ਼ਹੀਦ ਕਰਤਾ ਵੀ ਇਹ ਕਹਿ ਵੀ ਹਾਏ। ਉਹ ਚਾਰ ਦੀਵਾਰੀ 'ਚ ਸੀ, ਉਹ ਸਿਰਫ ਮੈਂ ਹੀ ਦੇਖਿਆ, ਉਹਦੇ ਬਾਰੇ ਹੋਰ ਕੋਈ ਨੀ ਦੱਸ ਸਕਦਾ। ਮਤਲਬ ਕਿ ਸਾਡੇ ਆ ਸਾਡੇ ਲੋਕਾਂ ਦੇ ਮਤਲਬ ਕਿ ਕਹਿ ਲੈ ਕਿ ਦਿਲਾਂ ਦੇ ਵਿੱਚ ਕੀ ਉਹਨਾਂ ਦੇ ਕੀ ਉਹ ਚਾਹੁੰਦੇ ਨੇ ਕੀ ਕਹਿਣਾ। ਏਦਾਂ ਦੇ ਟੋਰਚਰ ਹੋਏ ਵਾ, ਐਵੇਂ ਦੀ ਮਤਲਬ ਕਿ ਜੇ ਤਾਂ ਉਹ ਚੁਰਾਹੇ ਦੇ ਵਿੱਚ ਹੁੰਦਾ, ਉਸ ਸਿੰਘ ਨੂੰ ਵੀ ਅੱਜ ਲੋਕੀ ਜਾਣਦੇ ਹੁੰਦੇ ਕਿ ਇਹ ਵੀ ਭਾਈ ਮਨੀ ਸਿੰਘ ਹੋਣਾ ਵਾਂਗੂ ਏਦਾਂ ਸਿੰਘ ਸ਼ਹੀਦ ਹੋਇਆ, ਜਾਂ ਆਪਣੇ ਕਿਸੇ ਵੀ ਸਿੰਘ ਪੁਰਾਣਿਆਂ ਦਾ ਪਿਛੋਕੜ ਦਹਿਰਾ ਹੁੰਦੇ। ਲੇਕਿਨ ਉਹ ਸਿੰਘ ਦਾ ਕਿਸੇ ਨੂੰ ਨੀ ਪਤਾ। ਮੈਂ ਏਦਾਂ ਦੇ ਇਹ ਤਾਂ ਮੈਂ ਆਪਣੇ ਸਾਹਮਣੇ ਵੀ ਦੱਸ ਦੀ, ਤਾਂ ਦੂਜੇ ਥਾਣਿਆਂ 'ਚ ਕੀ ਹੋਏਗਾ। ਇੱਕ ਤਾਂ ਇੱਕ ਨਿੱਕੇ ਨਿੱਕੇ ਥਾਣੇ ਤਾਂ ਪਤਾ ਹੀ ਨੀ ਕਿੰਨੇ ਕਿ ਇਹਨਾਂ ਨੇ ਟੋਰਚਰ ਸੈਂਟਰ ਬਣਾਏ ਹੋਏ ਸੀ। ਹਾਂਜੀ ਬਿਲਕੁਲ, ਤੁਸੀਂ ਤੇ ਆਪਣੇ ਸਾਹਮਣੇ ਦੀ ਗੱਲ ਕੀਤੀ। ਇਸ ਟਾਈਪ ਦੀਆਂ ਸ਼ਹੀਦੀਆਂ ਨੇ ਸਾਡੇ ਆਹ ਸਿਟੀਜ਼ਨ ਆ ਅਸੀਂ ਇਸ ਕੌਮ ਨਰਕ ਮੁਲਕ ਦੇ। ਬਿਲਕੁਲ ਕੁਲਵੀਰ ਕੌਰ ਜੀ, ਇਹ ਜਿਹੜਾ ਇਤਿਹਾਸ ਆ ਬਿਲਕੁਲ ਇਹ ਲਿਖਿਆ ਜਾਊਗਾ। ਇਤਿਹਾਸ ਆ ਜਿਹੜੇ ਲਿਖੇ ਜਾਂਦੇ ਆ ਥੋੜ੍ਹੀ ਟਾਈਮ ਦੇ ਬਾਅਦ ਲਿਖੇ ਜਾਂਦੇ ਆ। ਸਿੱਖਾਂ ਨੇ ਜਿਹੜਾ ਇਤਿਹਾਸ ਆ ਉਹਨੂੰ ਬਣਾਇਆ ਆ, ਅਤੇ ਸ਼ਹੀਦੀਆਂ ਜਿਹੜੀਆਂ ਹੱਸ ਹੱਸ ਕੇ ਪਾਈਆਂ ਜੀ, ਪਰ ਬੇਦੋਸ਼ਿਆਂ ਨੂੰ ਇਹਨਾਂ ਨੇ ਸ਼ਹੀਦੀਆਂ ਦਿੱਤੀਆਂ ਆ, ਸ਼ਹੀਦੀਆਂ ਪਾਈਆਂ ਆ ਜੀ ਉਹਨਾਂ ਦੀਆਂ, ਫੜ ਫੜ ਕੇ ਬੇਦੋਸ਼ਿਆਂ ਨੂੰ ਇਹਨਾਂ ਨੇ ਮਾਰਿਆ ਆ, ਅਤੇ ਬੱਚਿਆਂ ਨੂੰ ਨਹੀਂ ਬਖਸ਼ਿਆ, ਬਜ਼ੁਰਗਾਂ ਨੂੰ ਨਹੀਂ ਬਖਸ਼ਿਆ ਇਹਨਾਂ ਨੇ, ਨੌਜਵਾਨਾਂ ਨੂੰ ਨਹੀਂ ਬਖਸ਼ਿਆ। ਅਤੇ ਆਪਾਂ ਜਿਹੜੀ ਆ ਉਹਨਾਂ ਦੀ ਜਿਹੜੀ ਆਤਮਾ ਲਈ ਅਰਦਾਸ ਹੀ ਕਰ ਸਕਦੇ ਹਾਂ ਜੀ। ਇਹ ਜਿਹੜੇ ਸ਼ਹੀਦ ਹੁੰਦੇ ਆ ਇਹ ਕੌਮ ਦਾ ਸਰਮਾਇਆ ਹੁੰਦੇ ਆ, ਅਤੇ ਪਰ ਅੱਗੇ ਤੋਂ ਜਿਹੜੀ ਆਉਣ ਵਾਲੀਆਂ ਨਸਲਾਂ ਆ ਉਹਨਾਂ ਦਾ ਹੁਣ ਸਾਨੂੰ ਫਿਕਰ ਕਰਨਾ ਚਾਹੀਦਾ ਆ ਕਿ ਜਿਹੜੀਆਂ ਆਉਣ ਵਾਲੀਆਂ ਸਾਡੀ ਆਉਣ ਵਾਲੀ ਪੀੜ੍ਹੀ ਆ ਉਹ ਨਸ਼ਿਆਂ ਦੇ ਵਿੱਚ ਜਿਹੜੀ ਆ ਪੂਰੀ ਤਰ੍ਹਾਂ ਡੁੱਬ ਚੁੱਕੀ ਆ। ਉਹ ਇੱਕ ਪੀੜ੍ਹੀ ਸਾਡੀ ਜਿਹੜੀ ਆ ਹੋਰ ਆ ਉਹ ਬਿਲਕੁਲ ਖਤਮ ਹੋਣ 'ਤੇ ਆ। ਹੁਣ ਇਹਦਾ ਦੇ ਲਈ ਤਾਂ ਦੇਖੋ ਸਰਕਾਰਾਂ ਹੀ ਕੁਛ ਕਰ ਸਕਦੀਆਂ, ਜਦੋਂ ਸ਼ਰੇਆਮ ਸਰਕਾਰਾਂ ਦੇ ਬੰਦੇ ਹੀ ਵਿੱਚ ਵੰਡਦੇ ਆ, ਤੇ ਕੌਣ ਇਹਨਾਂ ਦੇ ਕਹਿੰਦੇ ਜੋ ਖੇਤੀ ਵਾੜ ਨੂੰ ਖਾ ਜੇ, ਉੱਥੇ ਕੋਈ ਰਾਖਾ ਨਹੀਂ ਹੁੰਦਾ ਇਸ ਟਾਈਮ। ਜੀ 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 ਕੁਲਵੀਰ ਕੌਰ ਜੀ, ਫਿਰ ਵੀ ਤੁਸੀਂ ਜਿਹੜੀ ਤੁਹਾਡੀ ਆਪਣੀ ਜਿਹੜੀ ਆ ਜੀਂਦੇ ਜਾਗਦਿਆਂ ਬਹੁਤ ਵੱਡੀ ਕਰਵਾਉਂਦੇ ਆ ਕਿ ਕਿਸੇ ਦੇ ਸੱਟ ਲੱਗੀ ਹੋਵੇ ਕਿਸੇ ਨੂੰ ਤਾਂ ਉਹਨੂੰ ਸਾਰਾ ਰਾਤ ਨਹੀਂ ਭੁੱਲਦੀ ਕਿ ਇਹਦੇ ਸੱਟ ਲੱਗੀ ਸੀਗੀ, ਅਤੇ ਪਰ ਤੁਸੀਂ ਜਿਹੜੇ ਇੰਨਾ ਕੁਛ ਦੇਖਿਆ ਆਪਣੇ ਤੇ, ਇੰਨਾ ਕੁਛ ਸਹਿ ਲਿਆ ਆ, ਅਤੇ ਫਿਰ ਵੀ ਤੁਸੀਂ ਸੇਵਾ ਦੇ ਵਿੱਚ ਜੁਟੇ ਹੋਏ ਆ, ਅਤੇ ਫਿਰ ਵੀ ਪਰਮਾਤਮਾ ਤੁਹਾਨੂੰ ਹੋਰ ਵੀ ਬਲ ਬਖਸ਼ੇ ਕਿ ਤੁਸੀਂ ਜਿਹੜੀ ਕੌਮ ਦੀ ਆ ਉਹ ਸੇਵਾ ਕਰ ਸਕੋ। ਬਹੁਤ ਬਹੁਤ ਧੰਨਵਾਦ ਜੀ ਪੰਜਾਬੀ ਰੇਡੀਓ ਯੂ ਐਸ ਨੂੰ ਟਾਈਮ ਦੇਣ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।